ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਕੀ ਹਾਲ ਚਾਲ ਬਜ਼ੁਰਗੋ? ਸ਼ੁਕਰ ਹੈ ਜੀ, ਅੱਲਾਹ ਦਾ ਟਾਈਮ ਪਾਸ ਹੋਈ ਜਾਂਦਾ, ਜ਼ਿੰਦਗੀ ਦਿਨ ਪੂਰੀ ਹੋ ਜਾਂਦੀ। ਭਾਅ ਕੱਲ੍ਹ ਨੂੰ ਇਹ ਪਾਸ ਹੋਈ ਕੀ ਦੇ ਵੀ ਕਦੋਂ ਆਉਣੀ ਆ, ਕਿੱਥੀ ਆਉਣੀ ਆ? ਕੀ ਨਾਂ ਆਪਣਾ? ਮੁਹੰਮਦ ਯਾਕੂਬ। ਯਾਕੂਬ ਸਾਹਿਬ, ਤੁਹਾਡੇ ਭਾਅ ਜੀ ਦਾ ਨਾਂ ਕੀ ਹੈ? ਵਲੀ ਭਾਅ ਜੀ, ਮੁਹੰਮਦ। ਵਲੀ ਮੁਹੰਮਦ। ਅਤੇ ਆਪਣੀ ਕੌਮ ਕਿਹੜੀ? ਗੰਡੇ ਖਾਣੇ। ਅਰਾਈਂ ਹੁਣ ਤਾਂ ਸਾਰੇ ਗੰਡੇ ਬਹੁਤੇ ਖਾਣ ਲੱਗ ਗਏ। ਅੱਗੇ ਅਰਾਈਂ ਜ਼ਿਆਦਾ ਕਰਦੇ ਸੀ, ਕਿਉਂਕਿ ਬਾਹਰ ਗਏ ਜਾਣਾ, ਬਾਢੀਆਂ ਕਰਨੀਆਂ, ਉਹਦੇ ਨਾਲ ਗੱਠੇ ਵੀ ਹੋਣੇ, ਰੱਸੀ ਹੋਣੀ, ਜੋੜ ਦੇ ਨਾਲ ਭੰਨ ਕੇ ਨਾਲ ਸਾਲਣ, ਜਿਹੜਾ ਉਹਦਾ ਗੁਜ਼ਾਰਾ, ਇਸ ਤਰ੍ਹਾਂ ਰੋਟੀ ਰਾਜੀ ਰਾਜ ਕੇ ਖਾਣੇ। ਪੁਰਾਣਾ ਵਕਤ ਸੀਗਾ ਨਾ, ਸਾਦਾ ਵਕਤ ਸੀਗਾ, ਜੋ ਅੱਛਾ ਸੀ ਜਵਾਨੀ ਦਾ ਸੀਗਾ। ਕਣਕ ਵੱਢਣੀ, ਫਿਰ ਛੁੱਟੀ ਕਰਨੀ, ਕਰਕੇ 12 ਵਜੇ ਰੋਟੀ ਖਾਣੀ, ਰੋਟੀ ਖਾ ਕੇ ਤੇਲ ਚੁੰਮੜ ਜਾਣਾ, ਫਿਰ ਸ਼ਾਮ ਨੂੰ 4-5 ਵਜੇ ਜਾ ਕੇ ਭਾਜੀਆਂ ਇਕੱਠੀਆਂ ਕਰਨੀਆਂ, ਕਰਕੇ ਫਿਰ ਬਹੁਤ ਸਾਰੇ ਸਮਾਂ ਛੁੱਟ ਦੇਣੀ। ਅੱਛਾ, ਇਹ ਦੱਸੋ ਵੀ ਤੁਸੀਂ ਇਸ ਵਕਤ ਕਿੱਥੇ ਰਹਿੰਦੇ ਹੋ? ਇਸ ਵਕਤ ਆਹੀ ਟਿਕਾਣਾ ਮੇਰਾ। ਨਹੀਂ ਬੋਲੇ, ਸ਼ਹਿਰ, ਜਗ੍ਹਾ ਦਾ ਨਾਮ? ਸ਼ੋਰਕੋਟ ਸ਼ਹਿਰ ਮਹੱਲਾ ਸੀਟ ਮਹੱਲਾ ਕੁਛ ਕੋਟਾ ਵੱਜਦਾ, ਅਤੇ ਵਾਰਡ ਨੰਬਰ 4 ਵੱਜਦਾ। ਅੱਛਾ, ਇਹ ਦੱਸੋ ਵੀ ਪਿੱਛੇ ਦੇਸਾਂ 'ਚ ਆਪਣਾ ਪਿੰਡ ਕਿਹੜਾ ਸੀਗਾ? ਜਗਰਾਵਾਂ। ਜਗਰਾਵਾਂ ਸ਼ਹਿਰ? ਸ਼ਹਿਰ ਸੀ। ਜਾਂ ਕਿਤੇ ਬਾਹਰ ਕਿਤੇ ਪਿੰਡ 'ਚ ਰਹਿੰਦੇ ਸੀਗੇ? ਨਹੀਂ, ਅਸੀਂ ਸ਼ਹਿਰ ਦੇ ਵਿੱਚ ਵੀ ਰਹਿੰਦੇ। ਪਹਿਲਾਂ ਪਿੰਡ ਦੇ ਵਿੱਚ ਮੇਰਾ ਦਾਦਾ ਰਹਿੰਦਾ ਸੀਗਾ। ਅੱਛਾ, ਕਿਹੜੇ ਪਿੰਡ 'ਚ ਰਹਿੰਦਾ ਸੀ? ਉਹ ਸੀ ਨਾਲ ਪਿੰਡ ਕੋਠੀ ਵੱਜਦਾ ਸੀਗਾ, ਅਤੇ ਮੇਰਾ ਨਵਾਣੀ ਵਾਸੀ ਹੈ, ਅਤੇ ਇੰਨੀ ਕੁ ਵਾਰਡ ਉੱਪਰ ਥੋੜ੍ਹੀ ਜ਼ਿਆਦਾ ਹੋ ਗਈ ਜਾਣੀ। ਉੱਥੇ ਮੇਰੇ ਦੋਨੇ ਦਾਦੇ ਰਹਿੰਦੇ ਸੀ, ਉੱਥੇ ਜਾਣੀ ਦਾਦਿਆਂ ਦੇ ਗਾਂ, ਉਹਨਾਂ ਦੀ ਜਿਹੜੀ ਔਲਾਦ ਦੂਸਰੀ ਰਹਿੰਦੀ, ਉਹ ਚਾਚੇ, ਉਹ ਵੀ ਉੱਥੇ ਰਹਿੰਦੀ, ਸਾਡਾ ਤਾਇਆ ਜਿਹੜਾ ਸੀ ਅਸੀਂ ਸਹੀ, ਉਹ ਵੀ ਉੱਥੇ ਰਹਿੰਦਾ ਸੀ ਕੋਠੀ ਕੋਠੀ। ਅੱਛਾ, ਅਤੇ ਉੱਥੇ ਮਕਾਨ ਸੀ, ਫਿਰ ਉੱਧਰ ਦੀ ਕੀਤਾ ਦੁਆ ਭਰਾਵਾਂ ਦਾ ਦੋਵੇਂ ਸੀ ਜਾ ਕੇ, ਉਹ ਜਿਹੜੇ ਉੱਥੋਂ ਤਕਰੀਬਨ ਮੈਂ ਇੰਨਾ ਕੁ ਸੀਗਾ ਕਿ ਜਾ ਕੇ ਮੈਨੂੰ ਥੋੜ੍ਹੀ ਜਿਹੀ ਘੱਟ ਰੱਖ ਲੈਣੀ ਬੋਰੀ ਥੋੜ੍ਹੀ ਜਿਹੀ, ਅਤੇ ਕਦੇ ਜ਼ਰੂਰ ਮੁੱਕ ਜਾਣੀ ਤਾਂ ਸ਼ਹਿਰ ਚਾਲੂ ਕਰੋ। ਸਾਡਾ ਵੀ ਗੱਡਾ ਬਣਾਇਆ ਹੈ ਭਾਰਤੀ ਪਹਾੜੀ ਤੋਂ ਢੋਣ ਵਾਲਾ। ਅੱਛਾ, ਦੋ ਆਨੇ ਬੋਰੀ ਮਿਲਦੀ ਸੀ, ਜਿਵੇਂ ਇੱਥੋਂ ਸਟੇਸ਼ਨ 'ਤੇ ਲਿਜਾਣੀ ਹੈ ਨਾ, ਦੋ ਆਨੇ 'ਚ ਬੋਰੀ ਲਿਜਾ ਕੇ ਇੱਥੋਂ ਚੱਕ ਕੇ ਗੱਡੇ 'ਤੇ ਰੱਖਣੀ, ਗੱਡੇ ਤੋਂ ਚੱਕ ਲਿਜਾ ਕੇ ਉਹਨੇ ਕਿਸੇ ਕਰਨ ਉੱਥੇ ਬੁਲਾਉਣੀ। ਠੀਕ ਆ, ਦੋ ਆਨੇ ਬੋਰੀ ਮਿਲਦੀ, ਸਾਲ ਨੂੰ ਗੱਡਾ ਭਰ ਕੇ ਲਿਜਾਂਦੇ ਸੀ, 25-30 ਬੋਰੀਆਂ ਅਗਰ ਰੱਖਦੇ ਹੋਣੀ, ਕਿਉਂਕਿ ਲੱਕੜੀ ਦੇ ਪਹੀਏ ਸੀ, ਉਹ ਤਾਂ ਹੁਣ ਪਤਾ ਹੀ ਭਾਰ ਰਹਿੰਦਾ ਸੀ ਗੱਡਾ, ਹੁਣ ਤਾਂ ਬੈਰੀਆਂ ਵਾਲੇ ਹੈਗੇ, ਰੱਖ ਜਿਵੇਂ ਮਰਜ਼ੀ ਭਜਾਈ, ਉਹ ਖੋਚੇ ਨੂੰ ਭਜਾਈ ਜਾਂਦੇ ਦਿਨ ਦਿਨ ਤੱਕ। ਨੁਕੜ ਦੇ ਮਸਜਿਦ ਸੀਗੀ ਬਣੀ, ਹਾਂਜੀ, ਨਮਾਜ਼ ਬਣੀ ਉੱਥੇ,
ਤਕਰੀਬਨ ਕੋਈ ਵੀ ਨਹੀਂ ਸੀ ਗੈਰ ਜ਼ਿਆਦਾਤਰ ਅਰਾਈਂ ਸੀ ਉੱਥੇ ਰਾਏ ਸੀ ਇੱਕ ਦੋ ਘਰ ਸੀਗੇ ਵਿੱਚ ਇੱਕ ਝਿਓਰਾਂ ਦਾ ਜਿਹੜੇ ਮਰ ਪਾਣੀ ਪੂਣੀ ਪਾਉਂਦੇ ਉਹਨਾਂ ਦਾ ਸੀਗਾ ਅਤੇ ਮੇਰਾ ਇੱਕ ਅੱਧਾ ਹੋਰ ਐਵੇਂ ਹੋਣਾ ਮੈਨੂੰ ਖਿਆਲ ਹੀ ਹੈ ਇੱਕ ਦੋ ਘਰ ਹੀ ਹੋਣਗੇ ਹੋਰ ਗੈਰ ਕੌਮ ਬਸ ਸਾਰੇ ਆਪਣੀ ਬਰਾਦਰੀ ਵੱਲ ਪਏ ਸੀ ਠੀਕ ਆ ਤੇ ਜਿਹੜਾ ਤੁਹਾਡਾ ਮੱਲਾ ਸੀਗਾ ਉਹਦੇ ਵਿੱਚ ਗਲੀਆਂ ਪੱਕੀਆਂ ਬੜੀਆਂ ਸੀਗੀਆਂ ਜੀ ਗਲੀਆਂ ਪੱਕੀਆਂ ਸੀਗੀਆਂ ਤਕਰੀਬਨ ਸੋਲੰਗ ਲੱਗੇ ਸੀਗੇ ਸੋਲੰਗ ਲੱਗੇ ਸੀਗੇ ਅੱਛਾ ਤੇ ਮੱਲੇ 'ਚ ਕੋਈ ਸਕੂਲ ਹੋਵੇ ਤੁਹਾਡੇ ਮੱਲੇ 'ਚ ਉਹ ਮਸਲਾ ਐਡਾ ਵੱਡਾ ਨਹੀਂ ਸੀਗਾ ਜੀ ਉਹਦੇ ਸਾਡੇ ਬਸਦਾ ਜੀ ਉੱਥੇ ਹੀ ਸਕੂਲ ਗਾਹ ਜਾ ਕੇ ਬਾਜ਼ਾਰ 'ਚ ਜੀ ਆਏ ਜਾਈਏ ਨਾ ਅਸੀਂ ਸੰਯੋਗ ਜਿਹਨੂੰ ਬਣੇ ਅੱਛਾ ਉੱਥੇ ਬਾਜ਼ਾਰ 'ਚ ਸੀ ਇੱਕ ਸਕੂਲ ਜਿਹੜਾ ਮੈਨੂੰ ਭਾਜੀ ਦੇ ਕੋਲੇ ਦੀ ਵੀ ਬਾਜ ਮੈਂ ਉੱਧਰ ਹੀ ਲੰਘਣਾ ਉੱਥੇ ਕੋਲੇ ਹੀ ਲੰਘ ਕੇ ਜਾਂਦਾ ਸੀ ਕੋਠੀ ਅੱਛਾ ਅਤੇ ਇੱਧਰ ਹੀ ਜਾਂਦੇ ਉਹਨਾਂ ਨੂੰ ਕਹਿੰਦੇ ਖਟੀਕ ਕਹਿੰਦੇ ਸੀ ਇੱਧਰ ਹੀ ਜਾਂਦੇ ਸੀ ਉਹ ਲੰਬੀ ਸਵਾਰੀ ਤਾਂ ਉਹ ਕੱਟ ਦਿੰਦੇ ਆ ਉਹਨੂੰ ਕਰਦੇ ਲੰਬੀ ਸਵਾਰੀ ਤੰਦ ਨਾਲ ਹੋਕਰੇ ਮਾਰਦੇ ਨਾਲ ਤੰਦ ਚਰਖਾ ਗਿੜੀ ਆ ਇੱਕਦਮ ਤੰਦ ਲੈ ਕੇ ਫਿਰਿਆ ਜਾਂਦਾ ਸੀ ਇਹ ਜੋ ਕੰਮ ਹੁੰਦੇ ਸੀ ਖਟੀਕਾਂ ਦੀ ਅਤੇ ਤੁਸੀਂ ਜਦੋਂ ਆਪਣੇ ਘਰ 'ਚ ਅੱਖ ਖੋਲ੍ਹੀ ਆਪਣੇ ਮਾਂ ਪਿਓ ਦੇ ਘਰ ਇੱਕਦਮ ਲਾਜ਼ਮੀ ਗੱਲ ਆਪਣੇ ਮਾਂ ਪਿਓ ਦਾ ਚਿਹਰਾ ਦੇਖਿਆ ਜੀ ਠੀਕ ਹੈ ਨਾ ਅਤੇ ਹੋਰ ਘਰ 'ਚ ਕਿਹੜੇ ਬਜ਼ੁਰਗ ਰਹਿੰਦੇ ਸੀਗੇ ਤੁਹਾਡੇ ਨਿੱਕੇ ਜਿਵੇਂ ਦਾਦਾ ਚਾਚਾ ਤਾਂ ਇੱਕੋ ਘਰ 'ਚ ਰਹਿੰਦੇ ਸੀ ਜਾਂ ਕੋਈ ਅਲੱਗ ਉੱਥੇ ਕੋਈ ਨਹੀਂ ਸੀਗੇ ਮੈਂ ਸ਼ਹਿਰ 'ਚ ਪੈਦਾ ਹੋਇਆ ਵਾਂ ਅੱਛਾ ਤੁਸੀਂ ਆਪਣੇ ਮਾਂ ਪਿਓ ਦੇ ਘਰ ਸ਼ਹਿਰ 'ਚ ਪੈਦਾ ਹੋਏ ਉਸ ਮਹੱਲੇ ਵਿੱਚ ਠੀਕ ਆ ਪੜੀ ਵਾਲਦਾ ਦਾ ਕੀ ਨਾਂ ਵਾਲਦਾ ਹਾਂਜੀ ਉਹਨੂੰ ਜੰਨਤ ਬੀਬੀ ਸੀ ਜੰਨਤ ਬੀਬੀ ਜੰਨੀ ਜੰਨੀ ਹੀ ਕਹਿੰਦੇ ਸੀਗੇ ਜੰਨਤ ਬੀਬੀ ਵਾਲੀ ਨਾਂ ਠੀਕ ਆ ਕਾਫੀ ਜਗ੍ਹਾ ਸੀ ਉੱਥੇ ਪਸ਼ੂ ਵੀ ਬਣਦੇ ਬੱਕਰੀਆਂ ਵੀ ਫਿਰਦੀਆਂ ਉਹਨਾਂ ਦੀ ਉਹ ਮੀਂਗਣਾ ਹੁੰਦੀਆਂ ਸੀ ਨਾ ਬੱਕਰੀਆਂ ਦੀਆਂ ਉਹ ਸੂਲਾਂ 'ਚ ਦੇ ਕੇ ਤੇ ਉਹਨੇ ਭੰਗੂੜੇ ਜਿਹੇ ਬਣਾ ਲੈਣੇ ਕਿਤੇ ਐਸ ਰੋਡ ਦੂਸਰੇ ਵੀ ਬਣਾ ਲੈ ਐਂ ਬਣਾ ਲੈਣੇ ਉਹਨਾਂ ਨੇ ਰਿਸ਼ਤਾ ਜ਼ਿਆਦਾ ਕਰਦੇ ਸੀਗੇ ਬਸ ਹੋਰ ਏਡਾ ਖਾਸ ਕੋਈ ਯਾਨੀ ਗੁੱਲੀ ਡੰਡੇ ਦਾ ਵੀ ਕੋਈ ਨਹੀਂ ਸੀ ਪਤਾ ਨਹੀਂ ਅੱਛਾ ਉਸ ਵੇਲੇ ਤੁਹਾਨੂੰ ਆਪਣੇ ਹਾਣੀਆਂ ਦਾ ਕੋਈ ਨਾਂ ਨੂੰ ਯਾਦ ਪੈਂਦੇ ਜਿਹਨਾਂ ਦਾ ਹਾਣੀਆਂ ਦਾ ਜੀ ਜਿੱਥੇ ਨਾਨਕੇ ਜੀ ਉੱਥੇ ਦੇ ਹਾਣੀਆਂ ਦਾ ਪਤਾ ਸ਼ਹਿਰ ਦੇ ਹਾਣੀ ਜਿਹੜੇ ਨਾ ਉਹਨਾਂ 'ਚੋਂ ਖਾਸ ਨਹੀਂ ਪਤਾ ਹੁਣ ਪਤਾ ਹੈ ਹਾਜੀ ਨਹੀਂ ਇਬਰਾਹਿਮ ਕੇ ਵੱਜਦੇ ਹਾਜੀ ਇਬਰਾਹਿਮ ਦੇ ਮੁੰਡੇ ਜਿਹੜੇ ਛੋਟੇ ਦੋ ਤਿੰਨ ਉਹ ਵਾਕਫ ਸੀਗੇ ਉਹ ਉੱਦਾਂ ਨਾ ਬਿਲ ਸੀ ਉਹ ਮੰਡੀ 'ਚ ਇੱਕ ਵਾਰੀ ਬਲਕ ਗਏ ਅਸੀਂ ਅਤੇ ਜਦੋਂ ਕਦੇ ਜਾਂਦੇ ਤਾਂ ਹਮੇਸ਼ਾ ਹੀ ਰੋਟੀ ਲੈ ਗਏ ਅਤੇ ਕਦੇ ਜੇ ਰਸਾ ਜੀ ਜਾ ਰਹੀ ਉਹ ਕਦੇ ਗੋਦਾਮ 'ਚ ਮਾਲ ਚੱਕਣ ਗਏ ਸਾਡੇ ਵਾਲਦ ਸਾਹਿਬ ਨਾ ਗੱਡੀ ਨੂੰ ਚੱਲਦਣ ਉਹ ਜਾਂ ਇੱਧਰ ਉੱਧਰ ਨਗ ਬਦਲਣੇ ਹੋਣਗੇ ਉੱਥੇ ਅਸੀਂ ਸਾਨੂੰ ਨਹੀਂ ਚੋਰੀ ਕਿਹਨੂੰ ਕਹਿੰਦੇ ਹੈ ਇੰਨਾ ਨਹੀਂ ਸੀ ਸਾਨੂੰ ਪਤਾ ਹੁੰਦਾ ਅਤੇ ਉਹ ਫਿਰ ਇੱਕ ਇੱਕ ਮੁੱਠ ਭਰ ਕੇ ਨਾ ਅਸੀਂ ਬਦਾਮਾਂ ਦੀ ਜੇਬਾਂ 'ਚ ਪਾ ਲਏ ਅਤੇ ਹਾਂ ਤਿੰਨ ਜਾਣੇ ਸੀ ਤਿਹਾਂ ਨੇ ਪਾ ਲਏ ਇੱਕ ਦਾ ਨਾਂ ਨਿਆਜ਼ ਸੀ ਇੱਕ ਦਾ ਰਮਨਿਆਜ਼ ਸੀਗਾ ਅਸੀਂ ਤਿਹਾਂ ਨੇ ਬਹੁਤ ਜਿਹ 'ਚ ਪਾ ਲਏ ਉਹ ਫਿਰ ਕਿਤੇ ਵਾਲਦ ਉਹਨਾਂ ਨੂੰ ਪਤਾ ਲੱਗਿਆ ਉਹ ਨਸੂੜਾ ਹੁੰਦਾ ਸੀ ਉਹਦੇ ਦਾਲੇ ਬਣਿਆ ਸੀਗਾ ਥੜਾ ਉੱਥੇ ਬਹਿ ਕੇ ਰੋਟੀ ਖਾਂਦੇ ਹੁੰਦੇ ਸੀ ਉਹ ਰੋਟੀ ਖਾਂਦੇ ਸੀ ਉਹਨਾਂ ਨੂੰ ਕਿਤੇ ਲੱਗ ਗਿਆ ਪਤਾ ਇਹਨਾਂ ਦੀ ਜੇਬਾਂ 'ਚ ਬਦਾਮ ਪਾਏ ਫਿਰ ਇਹਨੂੰ ਚੋਰ ਚੁੱਕ ਚੋਰੀ ਕੀਤੀ ਆ ਹੁਣ ਉਹਦੇ ਇਹੀ ਪੈਣ ਦਾ ਪਤਾ ਵੀ ਚੋਰੀ ਕਿਤੇ ਸਾਨੂੰ ਤਾਂ ਨਹੀਂ ਸੀ ਚੋਰੀ ਦਾ ਪਤਾ ਚਾਹੀਦਾ ਆਵੇ ਭੰਨ ਕੇ ਖਾਣ ਚਾਹ ਖਾਵਾਂ ਭੰਨ ਕੇ ਅਤੇ ਉਹ ਕਿਤੇ ਹੁਣ ਪਤਾ ਲੱਗਿਆ ਸਾਡੇ ਕੰਨ ਫੜਾਏ ਉਹਦੇ ਜਾਂਦੇ ਸੀ ਮਸੀਤੇ ਪੜ੍ਹਦੇ ਸੀ ਉੱਥੇ ਨਾਲ ਹੀ ਉਹਨਾਂ ਦਾ ਇੱਕ ਛੱਡ ਕੇ ਦੂਸਰੀ ਗਲੀ ਉਹਨਾਂ ਦੀ ਸੀਗੀ ਅਤੇ ਉਹ ਉਹਨਾਂ ਮਸੀਤੇ ਪੜ੍ਹਦੇ ਕਰਕੇ ਉਹਨਾਂ ਪਤਾ ਜੀ ਕਿਵੇਂ ਕੰਨ ਪੜ੍ਹਨੇ ਮੈਨੂੰ ਪਤਾ ਕੋਈ ਸੀ ਇਹੋ ਜਿਹੇ ਨਾ ਕਦੇ ਮਸੀਤੇ ਨਾ ਸਕੂਲੇ ਕਦੇ ਗਏ ਸੀ ਨਾ ਇਹੋ ਜਿਹਾ ਪਤਾ ਸੀ ਉਹਨਾਂ ਕੰਨ ਫੜ ਲਏ ਮੈਂ ਕਰਕੇ ਫੜ ਲਏ ਇੰਨਾ ਕਿ ਅਤੇ ਉਹ ਮੁਰ ਫਿਰ ਛੁਡਾ ਤੇ ਛੁਡਾ ਕੇ ਜੰਗਲ ਦੌੜ ਲਾਓ ਉਹ ਤਕਰੀਬਨ ਅੱਡੇ ਨਾਲ ਉੱਥੇ ਥੋੜ੍ਹੀ ਬਾਟ ਹੋਣੀ ਹੈ ਅਤੇ ਉੱਥੇ ਖੂਹ ਹੀ ਸੀਗੀ ਉਹ ਚਾਸ ਫੇਰੇ ਉਹਦੇ ਬਣ ਪਾਣੀ ਪੂਣੀ ਭਰਨ ਵੀ ਬੜੀਆਂ ਜਿਵੇਂ ਥੜੀਆਂ ਜਿਹੀਆਂ ਸਾਫ ਗਈਆਂ ਐਂ ਕੋਈ ਚਾਸ ਫੇਰੀ ਅਤੇ ਉਹ ਉੱਥੇ ਅਖੇ ਹੱਥ ਲਾ ਕੇ ਆਉਣਾ ਵਾ ਅਤੇ ਉਹ ਮੂਹਰੇ ਲੰਘ ਗਏ ਨੱਠ ਗਏ ਸੀਗੇ ਉਹ ਵੀ ਮੇਰੇ ਹਾਣ ਦੇ ਇੱਕ ਮੇਰੇ ਤੋਂ ਸਾਲ 6 ਮਹੀਨੇ ਛੋਟਾ ਹੋਣਾ ਇੱਕ ਵੱਡਾ ਹੋਣਾ ਬਸ ਇੰਨਾ ਕੀ ਫਰਕ ਸੀਗਾ ਅਤੇ ਉਹ ਹੱਥ ਲਾ ਕੇ ਮੁੜੇ ਉਹਦੇ ਨਾਲ ਹੀ ਰਲ ਕੇ ਮੈਂ ਆ ਗਿਆ ਯੂਸਫ ਸੀ ਇਸ ਤਰ੍ਹਾਂ ਤਿੰਨ ਚਾਰ ਉੱਥੇ ਬੇਲੀ ਬਣੇ ਹੋਏ ਸੀਗੇ ਉਹ ਵੀ ਉੱਥੇ ਸੜਕ ਦੇ ਉੱਤੇ ਖੇਡਦੇ ਹੁੰਦੇ ਸੀ ਰਾਤ ਨੂੰ ਕੁੱਤੇ ਦੇ ਘੁੰਗਰੂ ਪਾਇਆ ਹੁੰਦਾ ਸੀ ਉਹਨੇ ਆਉਣਾ ਕੁੱਕੜ ਜਦੋਂ ਸਾਰਿਆਂ ਨੂੰ ਡਰਦੇ ਨੇ ਭੱਜਣਾ ਨਾ ਘਰ ਫਿਰ ਆ ਕੇ ਖੇਡਣ ਲੱਗ ਜਾਣਾ ਵਾ ਤੁਹਾਡੇ ਨਾਨਕੇ ਰਾਏਕੋਟ
ਆਪਦਾ ਦਿਮਾਗ ਨਹੀਂ ਨਿਕਲਿਆ। ਚਲ ਕੋਈ ਨੀ, ਖੈਰ ਆ ਜਾਓ ਗੋਪਾਲ ਸਿੰਘ ਦਾ। ਆਪਣੇ ਨਾਨੇ ਦਾ ਕੀ ਨਾਂ ਸੀਗਾ? ਨਾਨੇ ਦਾ ਨਿਜ਼ਾਮ ਦੀ। ਨਿਜ਼ਾਮ ਦੀ ਤੇ ਨਾਨੀ? ਨਾਨੀ ਨਾਨੀ ਨੂੰ ਬੇਬੇ ਬੇਬੇ ਅਸੀਂ ਕਹਿੰਦੇ ਸੀਗੇ, ਵੀ ਉਹਦਾ ਨਾਂ ਵੀ ਖੰਨੀ ਮੇਰੇ ਖਿਆਲ ਚ ਪਹਿਲੇ ਟੱਬਰ ਫੌਸ ਹੋ ਗਿਆ। ਇੱਕ ਬੱਚੀ ਸੀ ਉਹਨਾਂ ਦੀ, ਉਹ ਵੀ ਮੇਰੇ ਥੋੜੀ ਜਿਹੀ ਵੱਡੀ ਸੀਗੀ, ਤਕਰੀਬਨ ਦੋ ਕੁ ਸਾਲ ਹੋਣੀ ਵੱਡੀ। ਤੇ ਉਹ ਫਿਰ ਹੁਣ ਵਿਆਹ ਹੀ ਇੱਥੇ ਰਹਿੰਦੇ ਆ, ਮੇਰਾ ਸ਼ਹਿਰ ਲਾਹੌਰ ਰਹਿੰਦੇ, ਬਲੈਤ ਹੋ ਕੇ ਆਏ ਆ ਸਰ। ਅੱਛਾ, ਫਿਰ ਜਦੋਂ ਸਕੂਲ ਜਾਣ ਦੀ ਉਮਰ ਹੋਈ ਤੁਹਾਡੀ, ਤੁਹਾਨੂੰ ਸਕੂਲੇ ਪਾਇਆ ਸੀਗਾ? ਨਹੀਂ, ਸਕੂਲ ਜਾਣ ਦੀ ਉੱਥੇ ਉਦੋਂ ਕੋਲੋਂ ਕੋਈ ਇਹੋ ਜਿਹਾ ਖਿਆਲ ਕਰਦਾ ਸੀਗਾ। ਅੱਠ ਅੱਠ ਦਸ ਦਸ ਸਾਲ ਦੇ ਰਹਿੰਦੇ ਫਿਰਦੇ ਰਹਿੰਦੇ ਸੀਗੇ, ਹੁਣ ਅੱਠ ਸੱਤ ਅੱਠ ਸਾਲ ਦਾ ਸੀਗਾ। ਇੱਧਰ ਆ ਕੇ ਵੀ ਤਕਰੀਬਨ ਮੇਰੇ ਸਾਲ ਛੇ ਮਹੀਨੇ ਬਾਅਦ ਹੀ ਸਕੂਲੇ ਜਾਣ ਲੱਗੇ ਹਾਂ। ਉਹ ਸਾਡਾ ਪਿਓ ਦਾ ਹਲੇ ਜਿਹੜੀ ਸਕੂਲੇ ਕਦੇ ਗਿਆ ਸੀਗਾ, ਅਤੇ ਬਲਕਿ ਦਾਖਲ ਕਰਾਉਣ ਵੀ ਮੇਰਾ ਮਾਮਾ ਹੀ ਮੈਨੂੰ ਗਿਆ ਸੀ ਸ਼ਹਿਰਕੀ ਸਕੂਲ ਬਾਜਾ ਸੀ, ਅਜੇ ਤੈਨੂੰ ਇਮਾਮ ਬਾੜਾ ਬਣਿਆ ਹੋਇਆ ਇਹਦੇ ਪਿਛਲੇ ਪਾਸੇ ਸੀਗਾ। ਅੱਛਾ, ਮੈਂ ਜੀ ਇਸਨੇ ਮਕਾਨ ਦੀ ਉੱਥੇ ਦਾਖਲ ਕਰਾ ਕੇ ਗਿਆ ਸੀਗਾ। ਉਹ ਤਕਰੀਬਨ ਉੱਥੇ ਮੇਰੇ ਖਿਆਲ 'ਚ ਸ਼ਾਇਦ 48 ਪੂਰਾ ਹੋ ਗਿਆ ਹੋਵੇ, ਜਦ 49 'ਚ ਦਾਖਲ ਕਰਾਇਆ ਹੋਵੇ, ਇੰਨਾ ਖਿਆਲ ਨਹੀਂ ਮੈਨੂੰ। ਅਤੇ ਉਹ ਯਾਨੀ ਹਿਸਾਬ ਦੇ ਸਾਡੇ ਵਾਲੇ ਦੇ ਭਾਵੇਂ ਤੁਸੀਂ ਰੁੱਤੀਆਂ ਦਾ ਹਿਸਾਬ ਕਰਾ ਲਓ, ਮੇਰੇ ਤੋਂ ਬਲਕਿ ਮੈਂ ਮਾਲ ਲੈ ਕੇ ਆਇਆ ਫੈਸਲਾਬਾਦ ਤੋਂ, ਮੇਰੇ ਤੋਂ ਹਿਸਾਬ ਕਰਾਇਆ ਇਕੱਠ ਆਉਣੇ ਦਾ ਫਰਕ ਫਿਰ ਵੀ ਕੱਟਦਾ ਸੀ। ਹਿਸਾਬ ਦੇ ਪੱਕੇ ਸੀਗੇ, ਖਤਮ ਵੀ ਦੇ ਲੈਂਦੇ ਸੀਗੇ, ਬਾਕੀ ਪੜ੍ਹਦੇ ਵੀ ਕੋਈ ਸਹੂਲਤਾਂ ਯਾਦ ਹੋਣੀਆਂ, ਪੜ੍ਹਦੇ ਵੀ ਸ਼ਾਇਦ ਮਸੀਤੇ ਗਏ ਹੁਣ ਤਾਂ ਮੈਨੂੰ ਤਾਂ ਨਹੀਂ ਪਤਾ। ਅਤੇ ਇਸ ਕਰਕੇ ਜਾਣੀ ਉਹਨਾਂ ਦੇ ਨਾਲ ਹੁਣ ਤਾਂ ਚੌਥਾ ਸਾਲ ਮੇਰੇ ਖਿਆਲ ਸ਼ਾਇਦ ਚੜਿਆ ਵਾ, ਪੰਜਵਾਂ ਚੜਿਆ ਵਾ, ਹੁਣ ਉਹ ਫੌਤ ਹੋਏ ਆ 110-112 ਸਾਲ ਦੇ ਹੋ ਕੇ। ਅੱਛਾ, ਇਹ ਦੱਸੋ ਕਿ ਤੁਹਾਡੇ ਮੁਹੱਲੇ ਦੇ ਵਿੱਚ ਜਾਂ ਉਸ ਤੋਂ ਨੇੜੇ ਤੇੜੇ ਕੋਈ ਕੋਈ ਜਗਰਾਉਣ ਦੀ ਕੋਈ ਮਸ਼ਹੂਰ ਜਗ੍ਹਾ ਹੋਵੇ ਜਿਹੜਾ ਤੁਹਾਨੂੰ ਯਾਦ ਹੋਵੇ? ਨੇੜੇ ਤੇੜੇ ਜਿਹੜਾ ਫਰਕ ਨਹੀਂ ਸੀ, ਉਹ ਵੀ ਬਾਜ਼ਾਰ 'ਚ ਦੀ ਲੰਘ ਜਾਈਦਾ ਸੀਗਾ, ਅਤੇ ਇਧਰਲੇ ਪਾਸੇ ਗਰਾਊਂਡ ਜਿਹਾ ਹੁੰਦਾ ਸੀ, ਜਾਂਦੇ ਆਉਂਦੇ ਨਹੀਂ ਖੱਬੇ ਹੱਥ। ਅੱਛਾ, ਜਦੋਂ ਮੰਡੀ ਨੂੰ ਲੈ ਲਿਓ ਨਾ, ਅਸੀਂ ਉੱਥੇ ਬਾਜ਼ਾਰ 'ਚ ਦੀ ਖੱਬੇ ਹੱਥ ਜਿਹੜੀ ਦਾਣਾ ਮੰਡੀ ਸੀਗੀ ਉੱਥੇ, ਹਾਂ ਦਾਣਾ ਮੰਡੀ, ਗੱਲਾਂ ਮੰਡੀ, ਉਹ ਕੋਈ ਨਾ, ਉੱਥੋਂ ਖੱਬੇ ਹੱਥ ਇੱਕ ਕਾਫੀ ਖੁੱਲ੍ਹਾ ਯਾਨੀ ਹੁੰਦਾ ਸੀ ਪਲਾਟ। ਅੱਛਾ, ਅਤੇ ਉੱਥੇ ਬਾਜ਼ਾਰ 'ਚੋਂ ਭਾਅ ਜੀ ਕਿਹੜੇ ਮਕਾਨ ਨੂੰ ਕਿਸੇ ਮੁਹੱਲੇ 'ਚੋਂ ਗਲੀ 'ਚੋਂ ਉਹ ਲਾਮ ਲੀਲੋ ਉਹਨੂੰ ਕਹਿੰਦੇ ਸੀਗੇ, ਇੱਕ ਉੱਚੀ ਸਾਰੀ ਰੇਹੜੀ ਬਣਾਈ ਹੁੰਦੀ ਸੀਗੀ, ਉਹਦੇ ਉੱਤੇ ਬਿਠਾਏ ਹੁੰਦੇ ਸਜਾ ਕੇ, ਬੁੜੀ ਜਿਹਾ ਬਣਾ ਕੇ ਅਤੇ ਬੁੜੀਆਂ ਤਾਂ ਨਹੀਂ ਜਾਂਦੀ, ਹਾਰ ਸ਼ਿੰਗਾਰ ਜਿਹਾ ਕਰਕੇ, ਉਹੋ ਜਿਹੇ ਹਾਰ ਸ਼ਿੰਗਾਰ ਤਾਂ ਇੱਦਾਂ ਦੇ ਹੁੰਦੇ ਹੁਣ ਨਾਲੇ ਤਾਂ ਨਹੀਂ ਗਏ ਹਨ। ਅਤੇ ਉਹ ਫਿਰ ਉੱਥੇ ਜਾ ਜਾਂਦੇ ਸੀ, ਉੱਥੇ ਸਾਡਾ ਦਾਇਰਾ ਬਣਿਆ ਹੁੰਦਾ ਮੁੰਡਿਆਂ ਦਾ ਨਿਆਣਿਆਂ ਦਾ, ਜਿੰਨੇ ਵੀ ਇਕੱਠੇ ਹੋ ਗਏ ਹੋ ਜਾਣੇ ਉੱਥੇ, ਅਤੇ ਉਹ ਤਾਂ ਤੀਰ ਚਲਾਉਂਦੇ ਸੀ, ਉਹ ਉਹਨੇ ਗੈਰ ਕੌਮ ਹੋਣੀ ਹੈ ਜਿਹੜੇ ਕਹਿੰਦੇ ਆਹ ਰੱਬ ਦੇ ਤੀਰ ਮਾਰੇ ਆਹ ਤੀਰ ਆਉਂਦਾ ਲਹੂ ਨਾ ਭੱਜਿਆ, ਇਸ ਤਰ੍ਹਾਂ ਕਰ ਰੌਲਾ ਪਾਉਂਦੇ ਹੁੰਦੇ ਸੀ। ਠੀਕ ਠੀਕ, ਉਦੋਂ ਬਾਅਦ ਰੋਸ਼ਨੀ ਲੱਗਦੀ ਸੀ ਸਾਰਿਆਂ ਨੂੰ ਵੱਡੀ ਜਗਰਾਵਾਂ ਦੀ ਰੋਸ਼ਨੀ। ਹਾਂ, ਮੈਂ ਹੁਣ ਆਹੀ ਗੱਲ ਕਰਨ ਲੱਗਾ ਸੀਗਾ ਵੀ ਜਗਰਾਵਾਂ ਦੀ ਸਭ ਤੋਂ ਮਸ਼ਹੂਰ ਸਾਰਿਆਂ ਨੂੰ ਮਸ਼ਹੂਰ ਰੋਸ਼ਨੀ ਸੀ ਬਾਬਾ ਮੋਹਕਮ ਦੀ। ਹਾਂ, ਉਹ ਉੱਥੇ ਹਰ ਤਰ੍ਹਾਂ ਦਾ ਜਾਨਵਰ ਜਾਣੀ ਹੁੰਦਾ ਸੀਗਾ, ਬਲਕਿ ਇੱਕ ਐਂ ਲੱਤਾਂ ਨੂੰ ਲਾ ਕੇ ਡੇੜਦਾ ਜਾਂਦਾ, ਉਹਦੇ ਰੰਗ ਬਿਰੰਗੇ ਚੂਹੇ ਹੁੰਦੇ ਸੀ ਚੋਰੀ। ਅੱਛਾ, ਅਤੇ ਹੁਣ ਇਹ ਪਤਾ ਕਿਉਂ ਮੈਂ ਉੱਥੇ ਚੋਰੀ ਚੀ ਲੈ, ਆਸੇ ਪਾਸੇ ਕਿਉਂ ਨਹੀਂ ਸੀ ਜਾਂਦੇ, ਉਹਨੇ ਚੋਰੀ ਕੀ ਫਿਰਦੇ ਰਹਿਣਾ ਚੂਹਿਆਂ ਨੇ। ਰੰਗ ਬਿਰੰਗੇ ਵੀ ਸੀਗੇ, ਰੰਗ ਵੀ ਸੀ ਉਹਨਾਂ ਦੇ, ਸ਼ੇਰ ਵੀ ਹੁੰਦੇ ਸੀ, ਹਾਥੀ ਵੀ ਹੁੰਦੇ ਸੀਗੇ, ਅੱਗ ਦੇ ਸਾਰਾ ਕੁਛ, ਲੰਗੂਰ ਹੁੰਦੇ ਸੀ, ਬਾਂਦਰ ਹੁੰਦੇ ਸੀ, ਉਹ ਦੂਰ ਤੋਂ ਜਾਣੀ ਮਾਂਸ ਗੱਡੇ ਹੁੰਦੇ ਸੀ, ਉਹਨਾਂ ਦੇ ਉੱਤੇ ਬੈਠੇ ਹੁੰਦੇ ਸੀਗੇ, ਅਤੇ ਉੱਥੇ ਕੋਈ ਲੈਣਾ ਕਿਸੇ ਨੇ ਚੱਕ ਕੋਈ ਚੀਜ਼ ਕੋਈ ਹੋਣੀ ਹੱਥ 'ਚ ਜਾਣੀ ਸਿੱਟੀ, ਉਹਨੇ ਪੁੱਛ ਕੇ ਖਾਈ ਜਾਣੀ ਬਾਂਦਰ। ਮਠਿਆਈਆਂ ਦੀ ਦੁਕਾਨਾਂ ਵੀ ਹੋਣਗੀਆਂ, ਮਠਿਆਈਆਂ ਦੀਆਂ ਵੀ ਕਾਫੀ ਹੁੰਦੀਆਂ ਸੀ, ਹਰ ਤਰ੍ਹਾਂ ਦੀ ਜਾਣੀ ਮਨਿਆਰੀ ਬਜਾਜੀ ਹਰ ਤਰ੍ਹਾਂ ਦੇ ਦੁਕਾਨਾਂ ਹੁੰਦੀਆਂ ਸੀ ਉਸ ਵੇਲੇ। ਉਸ ਵਕਤ ਕਿਸ ਕਿਸਮ ਦੀਆਂ ਮਠਿਆਈਆਂ ਹੁੰਦੀਆਂ ਹੋਣਗੀਆਂ? ਮਠਿਆਈਆਂ ਹੁਣ ਤੋਸ਼ਾ ਜ਼ਿਆਦਾ ਚੱਲਦਾ ਸੀਗਾ, ਲੱਡੂ ਵੀ ਚੱਲਦੇ ਸੀ ਜ਼ਿਆਦਾ, ਮੁਸ਼ਕਿਲ ਲੱਡੂ ਤੋਸ਼ੇ ਤਾਂ ਹੁਣ ਵੀ ਇੱਥੇ ਜ਼ਿਆਦਾ, ਲੱਡੂ ਤੋਸ਼ਾ ਅਤੇ ਜਲੇਬੀ ਚੱਲਦੀ ਹੈ ਜਦੋਂ ਆਪ ਮੇਲੇ ਲੱਗਦੇ ਆ, ਉੱਥੇ ਇਹ ਹਿਸਾਬ ਪਹਿਲਾਂ ਹੁੰਦਾ ਜੀ ਯਾਰ। ਜਿਹੜੇ ਆਪਾਂ ਤੋਸ਼ੇ ਇੱਥੇ ਖਾਂਦੇ ਹਾਂ, ਜਲੇਬੀ ਇੱਥੇ ਖਾਂਦੇ ਹਾਂ, ਲੱਡੂ ਇੱਥੇ ਖਾਂਦੇ ਹਾਂ, ਇਹੋ ਜਿਹੇ ਲੱਡੂ ਹੁੰਦੇ ਸੀਗੇ ਜਾਂ ਕੋਈ ਹੋਰ ਸ਼ੈ ਬਣੇ ਹੁੰਦੇ? ਇੱਦਾਂ ਦਾ ਹੀ ਸੀਗੇ, ਪਰ ਉਹ ਜਗ੍ਹਾ ਤਾਂ ਹੈ ਨਹੀਂ ਇਹਦੇ 'ਚ।
ਉਹ ਦੇਸੀ ਘਿਓ ਦੇ ਹੁੰਦੇ ਹੋਣੇ ਤੇ ਉਸ ਵੇਲੇ ਚੱਲ ਜੀ ਮੇਰੇ ਵਰਗੇ ਸ਼ਾਦੀ ਦੇ ਤੇ 3 ਰੁਪਏ ਸੇ ਤੱਕ ਕਿ ਹੋ ਦੇਸੀ ਇੱਥੇ ਸੀ ਮਕਸਦ ਹੋਈ ਨਾ ਵੀ ਉਸ ਹੁਣ ਦੇਸੀ ਘਿਓ ਤੇ ਮਠਾਈ ਖਾਂਦਾ ਨਹੀਂ ਨਾ ਉਦੋਂ ਮੇਰੇ ਹਾਹੋ ਸਾਈ 150 ਰੁਪਏ ਇੱਕ ਸੇਰ ਹੁੰਦਾ ਹੋਵੇ ਕਿਉਂਕਿ ਇੱਥੇ ਅਸੀਂ ਸੁਣਦੇ ਹੁੰਦੇ ਸੀ ਕਿ ਉਹ ਛੋਟੇ ਹੁੰਦੇ ਕਿ ਉਹ ਬਾਬੇ ਹੀਰੇ ਦੀ ਦੇਸੀ ਘਿਓ ਦੀ ਜਲੇਬੀਆਂ ਬਣਾਉਂਦਾ ਹੁੰਦਾ ਸੀ ਵੀ ਮਸ਼ਹੂਰ ਹੁੰਦੀ ਸੀ ਨਹੀਂ ਉਸ ਲਈ ਹੀ ਮਸ਼ਹੂਰ ਸੀ ਕਿ ਦੇਸੀ ਘਿਓ ਦੀ ਮਠਾਈ ਉਹੀ ਇਕੱਲਾ ਬਣਾਉਂਦਾ ਸੀ ਉਹੀ ਜਾਂਦੇ ਉੱਥੇ ਜਾਂਦੀ ਸੀ ਬਾ ਪਹਿਲਾਂ ਉਹ ਕੋਈ ਹੋਰ ਵੀ ਕਿਸੇ ਚੱਲਦੀ ਹੋ ਜਾਣੀ ਉਹਦੇ ਬਾਅਦ 'ਚ ਡਾਲਡਾ ਤਾਂ ਚੱਲਿਆ ਮੈਂ ਦੁਕਾਨ ਬਣਾਈ ਥੋੜ੍ਹਾ ਜਿਹੜੀ ਪਹਿਲਾਂ ਚੱਲਿਆ ਮੈਂ ਬਖਤਰ 'ਚ ਦੁਕਾਨ ਕਰਿਆਨੇ ਦੀ ਬਣਾਈ ਹੈ ਉਦੋਂ ਮਾੜਾ ਮੁੱਠ ਬਾਅਦ 'ਚ ਹੌਲੀ ਹੌਲੀ ਲਾਉਣ ਲੱਗੇ ਡਾਲਡਾ ਮੇਰਾ ਸ਼ਾਇਦ ਉਦੋਂ 14 ਰੁਪਈਏ ਹੁੰਦਾ ਹੋਣਾ ਮੈਂ ਸੇਲ ਡੱਬਾ ਹੁੰਦਾ ਸੀ ਉਸ ਵਿੱਚ ਕਿਲੋ ਦਾ ਵੀ ਹੁੰਦੇ ਸੀਗੇ 2.5 ਕਿਲੋ ਦੇ ਇਸ ਤਰ੍ਹਾਂ ਖੁੱਟੀਆਂ ਜਿਵੇਂ ਅਤੇ ਮੇਰਾ 'ਚ 48-50 ਦਾ ਟੀਨ ਆ ਜਾਂਦਾ ਸੀ ਉਸ ਵੇਲੇ 40 ਮਾਰਚ ਕਸ਼ਮੀਰ ਜਿਹੜਾ ਹੁਣ ਮੇਰਾ ਖਿਆਲ ਕਰ 250 ਰੁਪਈਆ 2,500 ਦਾ ਗੁਣਾ ਮੈਨੂੰ ਸ਼ੱਕ ਚਲੋ ਹੁਣ ਫਿਰ ਆਪਾਂ ਪਿੱਛੇ ਚੱਲਦੇ ਹਾਂ ਜਗਰਾਵਾਂ ਦੇ ਵਿੱਚ ਤੁਹਾਡੇ ਬਚਪਨ 'ਚ ਚੱਲਦੇ ਹਾਂ ਫਿਰ ਉੱਥੇ ਅੱਛਾ ਇਹ ਦੱਸਿਓ ਕਿ ਬਈ ਫਿਰ ਜਦੋਂ ਹਾਲਾਤ ਖਰਾਬ ਹੋਣਾ ਸ਼ੁਰੂ ਹੋਏ ਜੀ ਪਾਕਿਸਤਾਨ ਜਦੋਂ ਬਣਿਆ ਇਹਦੀ ਖਬਰ ਦਾ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਮੁਲਕ ਦਾ ਵੰਡ ਹੋ ਗਈ ਆ ਤੇ ਅਸੀਂ ਇੱਥੋਂ ਉੱਠ ਕੇ ਜਾਣਾ ਨਿਊਜ਼ ਆਈ ਅਸੀਂ ਜਦੋਂ ਕੋਠੀ ਨੂੰ ਜਾਂਦੇ ਸੀ ਨਾ ਦੇ ਰਾਹ ਦੇ ਵਿੱਚ ਸੀ ਸਾਡੇ ਉਹ ਵੀ ਰਿਸ਼ਤੇਦਾਰ ਲੱਗਦੇ ਇੱਥੇ ਬੈਠੇ ਸ਼ਾਇਦ ਤੁਸੀਂ ਸੁਣਿਆ ਹੋਣਾ ਜਿਹਨੂੰ ਆਵੇ ਵਾਲੇ ਕਹਿੰਦੇ ਆ ਅੱਛਾ ਗੁਲਾਮ ਮੁਹੰਮਦ ਆਵੇ ਵਾਲੇ ਸੁਣਿਆ ਹੋਣਾ ਉਹਦਾ ਮੁੰਡਾ ਵੀ ਹੁਣ ਬਣਿਆ ਮਰਿਆ ਵਾ ਕੀ ਸੀ ਉਹਦਾ ਨਾ ਪਤਾ ਕਿਉਂ ਬਈ ਨਾ ਉਹਦਾ ਕੀ ਸੀ ਜਿਹੜਾ ਹੁਣ ਮਰਿਆ ਵਾ ਗੁਲਾਮ ਦਾ ਮੁੰਡਾ ਸਲੀਮ ਨਹੀਂ ਸਲੀਮ ਜੀ ਵੱਡਾ ਸੀ ਆਰਟਸ ਕਰਦਾ ਜਵੇਦ ਮੇਰਾ ਜਵੇਦ ਸੀ ਉਹਦਾ ਨਾਂ ਅਤੇ ਉਹਨਾਂ ਦੇ ਰਾਹ 'ਚ ਮਕਾਨ ਆਉਂਦਾ ਸੀ ਮੈਨੂੰ ਛੇੜਦੇ ਵੀ ਹੁੰਦੇ ਸੀ ਕਹਿੰਦੇ ਸੀ ਤੇਰੇ ਅੱਬੂ ਨਾਲ ਕੀ ਆ ਮੈਂ ਕਹਿੰਦਾ ਬਲੀ ਆ ਕਣਕ ਦੀ ਜਾਂ ਛੋਲਿਆਂ ਦੀ ਇਸ ਤਰ੍ਹਾਂ ਕਰਕੇ ਛੇੜਦੇ ਵੀ ਹੁੰਦੇ ਸੀ ਤੂੰ ਉੱਥੋਂ ਹੀ ਮੈਂ ਲੰਘ ਕੇ ਜਾਣਾ ਹੁੰਦਾ ਸੀਗਾ ਰਾਹ 'ਚ ਹਾਡੀ ਹੁੰਦੇ ਸੀ ਉਹ ਵੀ ਮੇਰੇ ਹੁਣ ਬਲਕਿ ਉਹਨਾਂ ਦਾ ਮੁੰਡਾ ਜਿਹੜਾ ਉਹ ਕੁੜਮ ਹੈ ਮੇਰਾ ਅਤੇ ਉਹਨਾਂ ਦੀ ਹਾਡੀ ਹੁੰਦੀ ਸੀ ਰਾਹ 'ਚ ਕੱਚੇ ਬੈਂਗਣ ਤੋੜ ਕੇ ਰਾਹ 'ਚ ਖਾਣੇ ਇਸ ਤਰ੍ਹਾਂ ਕਰਦੇ ਜਾਣਾ ਅਤੇ ਫਿਰ ਕੋਠੀ ਜਾ ਕੇ ਉੱਥੇ ਖੇਡਦੇ ਰਹਿਣਾ ਅਤੇ ਕੋਠੀ ਮਕਾਨ ਦੇ ਵਿੱਚ ਇੰਨਾ ਕੁ ਵੀ ਮੈਨੂੰ ਪਤਾ ਵੀ ਇੱਕ ਸਾਡੇ ਮਹਿੰਜ ਦਾ ਬੂਟਾ ਵੀ ਸੀਗਾ ਇੱਕ ਅਨਾਰਾਂ ਦਾ ਸੀ ਇੱਕ ਨਿੰਬੂਆਂ ਦਾ ਸੀ ਇੱਕ ਜਾਮਣ ਦਾ ਦਰਖਤ ਸੀਗਾ ਇਸ ਤਰ੍ਹਾਂ ਕਰਕੇ ਮਕਾਨ 'ਚ ਸਾਡੇ ਹਿੱਸੇ 'ਚ ਜਿਹੜਾ ਸੀਗਾ ਉਹਦੇ 'ਚ ਕਿੰਨੇ ਕਮਰੇ ਹੋਣੇ ਉਸ ਘਰ ਦੇ ਕਿਹੜੇ ਕੋਠੀ ਜਿਹੜਾ ਘਰ ਸੀਗਾ ਤੁਹਾਡਾ ਬਾਹਰ ਜਿਹੜਾ ਕਿ ਘਰ ਸ਼ਹਿਰ 'ਚ ਜਿੱਥੇ ਤੁਹਾਡਾ ਘਰ ਸ਼ਹਿਰ ਵਾਲਾ ਦੱਸੋ ਸ਼ਹਿਰ ਵਾਲੇ ਦੇ ਵਿੱਚ 2 ਕਮਰੇ ਸੀਗੇ ਇੱਕ ਜਿੱਦਾਂ ਸੀ ਆਪ ਉੱਦਾਂ ਹੁੰਦੀ ਸੀ ਸਮਾਨ ਮਾੜਾ ਮੋਟਾ ਸੀ ਆਪਦਾ ਦੂਸਰੀ ਤੂੜੀ ਅਤੇ ਡਰਾਮ ਦਾਣੇ ਦਾ ਬਹੁਤ ਦਿਨ ਪਾਉਣ ਵਾਲਾ ਪਕਾਉਣ ਵਾਲਾ ਉਹ ਦਿਖਾਲੀ ਉਹਦੇ 'ਚ ਅਸੀਂ ਬਲਕਿ ਹੁਣ ਵੀ ਆ ਕੇ ਇੱਥੇ ਵੀ ਅਸੀਂ ਆਈ ਕੋਹਨੂੰ ਅਸੀਂ ਖਾਲੀ ਵਰਤਦੇ ਰਹੇ ਅਸੀਂ ਪਸ਼ੂ ਦੂਸਰੀ ਖਾਲੀ ਬਾਅਦ 'ਚ ਆ ਕੇ ਹੁਣ ਪਾਉਣ ਲੱਗੇ ਸੀ ਇਹਨੇ ਅਸੀਂ ਇਹ ਪਾਈ ਕਦੇ ਕਰ ਅਸੀਂ ਉਹੀ ਪਾਉਂਦੇ ਸੀ ਉੱਥੇ ਉਹਦੇ ਦਿੱਤੀ ਜੋ ਛੋਲੇ ਜੌਂ ਅਤੇ ਬਾਕੀ ਆ ਤਾਰਾ ਮੀਰਾ ਅਤੇ ਲੂਣ ਕਾਲਾ ਇਹ ਜਿਹੀ ਚੀਜ਼ਾਂ ਰਲਾ ਕੇ ਅਸੀਂ ਪਸਾ ਲੈਣੀਆਂ ਉਹਦੇ ਉੱਤੇ ਉਹ ਭੁੱਕਣੀਆਂ ਦਾਣੇ ਸੀ ਅੱਛਾ ਅਸੀਂ ਨਾ ਜਗਰਾਵਾਂ ਦਾ ਸੁਣਦੇ ਹਾਂ ਕਿ ਬਈ ਜਗਰਾਵਾਂ ਠੰਡੀਆਂ ਛਾਵਾਂ ਲੋ ਵਗਦੀ ਲੋਧੇ ਕਿ ਲੁਧਿਆਣੇ ਕਿਤੇ ਪੈਰ ਨਾ ਪਾਵਾਂ ਇਹੋ ਜਿਹੀ ਇਹਦੀ ਕੀ ਗੱਲ ਆ ਇਹ ਤਾਂ ਹੁਣ ਖੈਰ ਮੈਨੂੰ ਤਾਂ ਨਹੀਂ ਹਕੀਕਤ ਦਾ ਪਤਾ ਬਾਕੀ ਅੰਦਾਜ਼ਾ ਵੀ ਕੋਈ ਵਾਧਾ ਘਾਟਾ ਰੁੱਤ ਦਾ ਜਾਂ ਮੌਸਮ ਦਾ ਤੁਸੀਂ ਉੱਥੋਂ ਦਾ ਮੌਸਮ ਜਗਰਾਵਾਂ ਦਾ ਯਾਦ ਪੈਂਦਾ ਵੀ ਕਿੱਦਾਂ ਦਾ ਮੌਸਮ ਸੀ ਨਹੀਂ ਮੌਸਮ ਦਾ ਇੰਨਾ ਕਿ ਮੈਨੂੰ ਤਾਂ ਯਾਦ ਹੈ ਠੰਡ ਦਾ ਜਾਂ ਗਰਮੀ ਦਾ ਰੈਕੋਡ ਜਦੋਂ ਜਾਂਦੇ ਸੀ ਹੁੰਦੇ ਸੀਗੇ ਉਦੋਂ ਨਾ ਇਹਦਾ ਪੈਰ ਸਾੜੇ ਨਹੀਂ ਨਾ ਜਦੋਂ ਉਦੋਂ ਜੁੱਤੀਆਂ ਦਾ ਰਿਵਾਜ ਘੱਟ ਸੀ ਬੱਚਿਆਂ ਦੀ ਕਦੇ ਭੱਜ ਕੇ ਐਂ ਨੂੰ ਛਾਵੇਂ ਜਾਣਾ ਕਦੇ ਭੱਜ ਕੇ ਇਹਨੂੰ ਛਾਵੇਂ ਜਾਣਾ ਫਿਰ ਭੱਜੇ ਜਾਣਾ ਅਤੇ ਇਸ ਤਰ੍ਹਾਂ ਜਾਂਦੇ ਸੀ ਬਾਹਰ ਜਾਵੇ ਖਾਲਾ ਦੇ ਜਾਂ ਖੂਹ ਦੇ ਜਿਵੇਂ ਗੇੜਾ ਕੱਢਣ ਪਾਰੇ ਜੋੜੇ ਖੂਹ ਵੱਜਦੇ ਸੀ ਰਾਹ 'ਚ ਇਸ ਮਕਾਨ ਵੀ ਇੱਕ ਉਹ ਵੀ ਰਿਸ਼ਤੇਦਾਰ ਆ ਗਏ ਉਹਨੇ ਬਾਂਦਰ ਰੱਖਣ ਲਈ ਉਹ 2 ਮਾਵਾਂ ਧੀਆਂ ਹੁੰਦੀਆਂ ਸੀ ਸਿਰ ਬਾਂਦਰਾਂ ਦਾ ਰੱਖਣ ਲਈ ਇਸ ਤਰ੍ਹਾਂ ਕਰਕੇ ਚੰਗੀ ਅੱਛਾ ਫਿਰ ਇਹ ਦੱਸੋ ਕਿ ਫਿਰ ਜਦੋਂ ਉੱਥੋਂ ਇਹ ਐਲਾਨ ਹੋ ਗਿਆ ਪਾਕਿਸਤਾਨ ਬਣਨ ਦਾ ਫਿਰ ਕੀ ਹਾਲਾਤ ਤੁਹਾਡੇ ਬਜ਼ੁਰਗ ਉਸ ਵੇਲੇ ਕੀ ਸਾਡੇ ਜੀ ਹਾਲਾਤ ਇੱਦਾਂ ਸੀ ਕਿ ਉਹ ਪਤਾ ਮੈਨੂੰ ਉਦੋਂ ਜਦੋਂ ਤੁਹਾਨੂੰ ਦੱਸਿਆ ਨਾ ਵੀ ਉਹ ਗੁਲਾਮ ਆਬੇ ਵਾਲੇ ਪਾਸੇ ਜਿਹੜੇ ਉਹ ਉਦੋਂ ਜਦੋਂ ਪਹਿਲੇ ਵਾਰੀ ਰੌਲਾ ਪਿਆ ਨਾ ਉਦੋਂ ਉਹ ਡਾਂਗਾਂ ਕੱਢੀ ਫਿਰਦੇ ਸੀ ਉਦੋਂ ਸਾਂਭਣੀਆਂ ਡਾਂਗਾਂ ਹੁੰਦੀਆਂ ਜਾਂ ਇਹ ਅਸਲਾ ਉਸਲਾ ਘੱਟ ਹੁੰਦਾ ਸੀ ਨਾ ਉਹ ਡਾਂਗਾਂ ਹੁੰਦੀਆਂ ਉਸ ਵੇਲੇ ਉਹ ਕੱਢ ਕੇ ਫਿਰਦੇ ਸੀ ਤੁਰੇ ਜਿਹੜੇ ਕੋਈ ਟੱਕਰ ਗਏ ਸਮਝੋ ਮਾਰਨੀ ਫਿਰ ਚੱਲ ਅਤੇ ਉੱਥੋਂ ਪਤਾ ਪਹਿਲੇ ਵਾਰੀ ਗਿਆ ਦੂਜੀ ਵਾਰੀ ਫਿਰ ਸਮਝੋ ਉਹੀ ਹੱਲਾ ਗੁੱਲਾ ਬੋਲਿਆ ਫਿਰ ਸਾਡੇ ਬਾਹਰ ਫਾਟਕ ਲੱਗੇ ਹੁੰਦੇ ਸੀ ਗਲੀ ਨੂੰ ਉਹ ਪਹਿਲਾਂ ਤਾਂ ਨਹੀਂ ਸੀ ਬਾਅਦ 'ਚੋਂ ਫਾਟਕ ਉੱਥੇ ਲੱਗੇ ਹੋਏ ਲਾ ਦਿੱਤੇ ਸੀ ਉਹ ਫਾਟਕ ਲੱਗੇ ਸੀ ਸਾਡਾ ਗੱਡਾ ਜਿਹੜਾ ਸੀਗਾ ਉਹ ਸਮਾਨ ਹੋਰਾਂ ਦੇਣਾ ਕੁਝ ਆਪਦਾ ਪਾਇਆ ਪਿਆ ਸੀ ਉੱਥੇ ਹਾਂਜੀ ਉਹ ਬਾਹਰ ਨਹੀਂ ਨਿਕਲ ਸਕਿਆ ਯਾਨੀ ਉਹਨਾਂ ਨੂੰ ਜਾਂਦੇ ਲਾ ਦਿੱਤੇ ਕਰਕੇ ਫਿਰ ਅਸੀਂ ਬਹੁਤ ਆਪਦੇ ਜਿਹੜੇ ਉਹ ਇੱਕ ਦਰਵਾਜ਼ਾ ਸੀ ਐਵੇਂ ਇੱਦੋਂ ਅੱਧਾ ਕੀ ਹੋਣਾ ਵਾ ਅੱਛਾ ਜਿਹਦੇ ਵਿੱਚ ਹੀ ਮਸਾਂ ਉਹ ਕੱਢ ਕੇ ਬਾਹਰ ਦੂਸਰੇ ਮੁਹੱਲੇ 'ਚ ਲਿਆਉਂਦੇ
ਜੋੜਨ ਲੱਗੇ ਉਹਦਾ ਪਹੀਆ ਟੁੱਟਿਆ ਹੋਵੇ ਤੇ ਹੁਣ ਉਹ ਪਹੀਆ ਨੂੰ ਚੱਲੇ ਕਿਵੇਂ ਜਿੰਨੇ ਚਿਰ ਉਹ ਸੈੱਟ ਨਾ ਹੋਵੇ ਤੇ ਫਿਰ ਖੈਂਜਿਆਂ ਦੇ ਨਾਲ ਉਹਨੂੰ ਸੈੱਟ ਕੀਤਾ ਹੌਲੀ ਹੌਲੀ ਗਾਹਾਂ ਕੈਂਪ ਦੇ ਵਿੱਚ ਜਿਵੇਂ ਪਹੁੰਚੇ ਕੈਂਪ ਜਾ ਕੇ ਉਹ ਗੱਡਾ ਫਿਰ ਕੀ ਗੱਲ ਰੱਖਣਾ ਕਰ ਸੀਗਾ ਕੁਦਰਤੀ ਤੌਰ 'ਤੇ ਕਿਤੇ ਇਹ ਵੱਜਦੇ ਜੂਸ ਬੜੇ ਭਾਈਕੇ ਵੱਜਦੇ ਆ ਇਹਨਾਂ ਕੋਲ ਮੇਰਾ ਖਾਸ ਗੱਡਾ ਸੀ ਬਹੁਤ ਮੈਨੂੰ ਸ਼ੱਕ ਕਿਸੇ ਹੋਰ ਦੇ ਹੋਣੇ ਆ ਜਿਹੜਾ ਕਿ ਇਹਨਾਂ ਨੇ ਫਿਰ ਉੱਥੇ ਵੇਚਿਆ ਮਸ਼ਹੂਰ ਸੀਗੇ ਉੱਥੇ ਜਗਰਾਵਾਂ ਵਿੱਚ ਰਾਏਕੋਟ 'ਚ ਸਾਡੇ ਬਹੁਤ ਮਸ਼ਹੂਰ ਸੀ ਇਸ ਤਰ੍ਹਾਂ ਅਸੀਂ ਜਦੋਂ ਵੀ 8 ਦਿਨ ਆਉਣੇ ਹਰ ਜੁਮੇ ਦੇ ਜਿਵੇਂ ਹੁਣ ਘਿਓ ਪਾ ਕੇ ਅਤੇ ਗਰਮ ਕੋਸਾ ਕੋਸਾ ਦੁੱਧ ਪਿਲਾਉਣਾ ਹੁੰਦਾ ਸੀ ਅਤੇ ਬਾਕੀ ਦਾਣਾ ਵੀ ਤੁਹਾਨੂੰ ਪਤਾ ਵੀ ਚੰਗਾ ਭਲਾ ਹੀ ਪਾਉਣਾ ਪਾਉਂਦੇ ਸੀਗੇ ਅਤੇ ਬਾਕੀ ਇੰਨਾ ਕਿਸੇ ਨੂੰ ਨਾਲ ਨਹੀਂ ਸੀ ਰਹਿਣ ਦਿੰਦੇ ਨਾ ਉਹ ਪਰੈਣ ਝੱਲਦੇ ਸੀਗੇ ਵੀ ਉਹਨੂੰ ਜੇ ਪਰੈਣ ਵੀ ਮਾਰ ਕੇ ਨਾ ਉਹਨੂੰ ਗਾਹਾਂ ਥੋੜ੍ਹੀ ਹੁਣ ਫਿਰ ਮੱਛਰ ਜਾਂ ਕਿਤੇ ਕੋਈ ਨੁਕਸਾਨ ਹੋਇਆ ਉਹ ਇਸ ਹਿਸਾਬ ਨਾਲ ਸੀਗੇ ਬਲਕਿ ਇੱਕ ਹੋਰ ਇੱਕ ਵਾਰੀ ਓਪਰਾ ਬੰਦਾ ਬਿਠਾ ਸਕਦੇ ਉਹਨੂੰ ਕਿਹਾ ਵੀ ਇਹਨਾਂ ਨੂੰ ਕਹੀਂ ਕੁਛ ਨਾ ਉਹ ਆਵਾਜ਼ ਦੇਈ ਜਾਂਦੇ ਤੁਰੇ ਜਾਣਗੇ ਉਹ ਕਿ ਚੜਾਈ ਜਦੋਂ ਆਈ ਨਾ ਨਹਿਰ ਦੀ ਉਹਨੇ ਕਿ ਪਰੈਣ ਮਾਰਤੀ ਗੱਡਾ ਵੀ ਸਾਰਾ ਕੁਛ ਉੱਠ ਕੇ ਥੱਲੇ ਸੜਕ ਤੋਂ ਭਰੇ ਕਿਉਂ ਉਹ ਚੜਾਈ ਦੇ ਵਿੱਚ ਰਿੜਿਆ ਹੋਊਗਾ ਆਪ ਵੀ ਕਿਸੇ ਪਾਸੇ ਬਚ ਸੱਟ ਪਿੱਟਾਂ ਤੋਂ ਜਾਣੀ ਬਚ ਬਚਾ ਹੋ ਗਿਆ ਸੀਗਾ ਅਤੇ ਫਿਰ ਜਾ ਕੇ ਜਦੋਂ ਪਤਾ ਲੱਗਿਆ ਕਿਸੇ ਨੇ ਉੱਧਰੋਂ ਆਉਂਦੇ ਨੇ ਕਿਸੇ ਨੇ ਪੈਗਾਮ ਦਿੱਤਾ ਨਾ ਵੀ ਐਂ ਕਰਕੇ ਤੁਹਾਡਾ ਗੱਡਾ ਉੱਠਿਆ ਪਿਆ ਉੱਥੇ ਇਸ ਤਰ੍ਹਾਂ ਕਰਕੇ ਉਹਨਾਂ ਨੇ ਦੱਸਿਆ ਤਾਂ ਜਾ ਕੇ ਫਿਰ ਜਾਣੀ ਉਹਨਾਂ ਨੇ ਘਰ ਬੇਹੋ ਨੇ ਸਾਡੇ ਨੇ ਸਿੱਧਾ ਕਰਕੇ ਜੀ ਉਹਨੂੰ ਲਿਆ ਕੇ ਉੱਥੇ ਸੜਕ 'ਤੇ ਬਹੁਤ ਜ਼ੋਰ ਕਿਤੇ ਹੁਣ ਫਿਰ ਦੁਬਾਰਾ ਲੱਗ ਗਏ ਅਤੇ ਫਿਰ ਗਾਹਾਂ ਤੋਂ ਰਿਹਾ ਅੱਛਾ ਅਤੇ ਕੈਂਪ ਦਾ ਪਤਾ ਵੀ ਯਾਦ ਹੈ ਕਿੱਥੇ ਕਰਕੇ ਕੈਂਪ ਲੱਗਾ ਸੀਗਾ ਉਹ ਜਗ੍ਹਾ ਕਿਹੜੀ ਸੀ ਕੈਂਪ ਦਾ ਜਿਸ ਨਾਂ ਮੈਨੂੰ ਯਾਦ ਵੀ ਕਸੂਰ ਤੋਂ ਪਿੱਛੇ ਕਾਫੀ ਸੀ ਤਕਰੀਬਨ ਸਾਡੇ ਜਗਰਾਵਾਂ ਤੋਂ ਹੋ ਸਕਦੀ 2.5-3 ਮੀਲ ਹੀ ਹੋਵੇ ਇਹ ਤਾਂ ਸਿੱਧਵਾਂ ਸਲੇਮਪੁਰਾ ਸੀਗਾ ਸਲੇਮਪੁਰਾ ਸ਼ਾਇਦ ਉਹਨੂੰ ਕਹਿੰਦੇ ਸਿੱਧਵਾਂ ਲੱਗਾ ਸੀਗਾ ਕੈਂਪ ਸਲੇਮਪੁਰਾ ਸ਼ਾਇਦ ਕਹਿੰਦੇ ਹੋਣਗੇ ਹੋ ਸਕਦੀ ਹੈ ਅੱਛਾ ਉੱਥੇ ਅਸੀਂ ਆ ਗਏ ਆ ਕੇ ਉੱਥੇ ਜੋ ਗੱਡਾ ਉਹ 60-70 ਨਵਾਂ ਲੈ ਲਿਆ ਸੀਗਾ ਅਤੇ ਜਦੋਂ ਫਿਰ ਉੱਥੋਂ ਹੱਲਾ ਗੁੱਲਾ ਮੈਂ ਬਣਿਆ ਅਤੇ ਚਲੋ ਚਲੋ ਵੀ ਪਾਕਿਸਤਾਨ 'ਚ ਵੰਡੀਆਂ ਪੈ ਗਈਆਂ ਚਲੋ ਹੁਣ ਪਾਕਿਸਤਾਨ 'ਚ ਚਲੀਏ ਅੱਛਾ ਇਹ ਤੁਹਾਨੂੰ ਯਾਦ ਪੈਂਦਾ ਵਾ ਕਿ ਬਈ ਤੁਸੀਂ ਉੱਥੇ ਕਿੰਨੇ ਅਰਸਾ ਰਹੇ ਹੋਵੋਗੇ ਕੈਂਪ ਦੇ ਵਿੱਚ ਕੈਂਪ ਦੇ ਵਿੱਚ ਅੰਦਾਜ਼ਾ ਮੇਰਾ ਵੀ ਹੋ ਸਕਦਾ ਮਹੀਨਾ ਹੀ ਰਹੇ ਹੋਵਾਂ ਮਹੀਨਾ ਕੁ ਰਹੇ ਹੋਵੋਗੇ ਅਤੇ ਉਹਨਾਂ ਦਿਨਾਂ 'ਚ ਮੌਸਮ ਕਿੱਦਾਂ ਦਾ ਸੀਗਾ ਮੌਸਮ ਜੀ ਬਾਰਿਸ਼ਾਂ ਵੀ ਹੁੰਦੀਆਂ ਸੀਗੀਆਂ ਬਲਕਿ ਖੂਬ ਬਾਰਿਸ਼ਾਂ ਦੇ ਨਾਲ ਭਰੇ ਹੋਏ ਸੀ ਅੱਛਾ ਉਦੋਂ ਜਾਣੀ ਹੱਥ ਨਾਲ ਐਂ ਮਕਾ ਕੇ ਕਹਿੰਦੇ ਸੀ ਮੈਂ ਜਾਣੀ ਦੇਖਿਆ ਹੋਊਗਾ ਖਿਆਲ ਖੋਲਣੀ ਹੈ ਅਤੇ ਉਹ ਐਂ ਕਰਕੇ ਨਾ ਉੱਥੋਂ ਪਾਣੀ ਭਰ ਹੋ ਸਕਦਾ ਸੀ ਇੰਨਾ ਪਾਣੀ ਪਾਣੀ ਇੰਨਾ ਚੜਿਆ ਹੋਇਆ ਸੀ ਉਹਨਾਂ ਅਤੇ ਬਾਕੀ ਜਿਹੜਾ ਹੋਰ ਆਟਾ ਉੱਟਾ ਜੇ ਦਾਣੇ ਕੋਈ ਮੁੱਲ ਲਿਆਉਂਦੇ ਹੋਣਗੇ ਉਹ ਮੇਰਾ ਖਿਆਲ 6 ਰੁਪਈਏ 2 ਰੁਪਈਏ ਸੇਰ ਸੀ ਪਹਿਲਾਂ ਕੈਂਪ ਦੇ ਵਿੱਚ ਪੱਠੇ ਪਸ਼ੂਆਂ ਲਈ ਲੈਣ ਗਏ ਤਾਂ ਉੱਥੇ ਕਰਾੜ ਕੇ 5-7 ਹੋਣੇ ਉਹਨਾਂ ਕੋਲ ਅਸਲਾ ਹੋਣਾ ਕਹਿੰਦੇ ਕੰਨ ਫੜਾ ਕੇ ਰਾਈਫਲ ਬੱਟ ਮਾਰੇ ਗਈ ਮੇਰੇ ਦੇ ਆਉਂਦੇ ਸੀ ਕਦੇ ਪਹਿਲੇ ਕਿਤੇ ਜਾਂ ਥੱਕ ਗਏ ਜਾਂ ਉਹਨੇ ਦਿਲ 'ਚ ਆ ਗਈ ਚੁੱਪ ਕਰਕੇ ਪਰੇ ਹੋ ਗਏ ਉੱਥੇ ਫਿਰ ਹੋ ਗਿਆ ਸੀ ਅੱਛਾ ਉੱਥੋਂ ਫਿਰ ਤੁਸੀਂ ਜਦੋਂ ਕੈਂਪ 'ਚ ਟੁਰੇ ਆ ਕਿਹੜੇ ਪਾਸੇ ਨੂੰ ਆਏ ਕੋਈ ਸ਼ਹਿਰ ਦਾ ਨਾਂ ਯਾਦ ਪੈਂਦਾ ਵੀ ਕਿੱਧਰੋਂ ਕਸੂਰ ਬੰਨੀ ਆਏ ਅੱਛਾ ਨਹੀਂ ਕਸੂਰ ਦੇ ਵਿੱਚ ਜੀ ਨਾ ਕੇ ਨਾ ਦਰਿਆ ਦੇ ਵਿੱਚ ਜੀ ਨਾ ਕੇ ਫਿਰ ਕਿਸੇ ਲਾਹੌਰ ਆਏ ਹੋਵਾਂਗੇ ਮੇਰੇ ਖਿਆਲ ਲਾਹੌਰ ਤੋਂ ਫਿਰ ਇੱਥੇ ਫੈਸਲਾਬਾਦ ਫੈਸਲਾਬਾਦ ਨੂੰ ਆ ਕੇ ਇੱਧਰ ਉੱਧਰੋਂ ਕਰਦੇ ਪਿਛਲਾ ਹਾਂ ਫੈਸਲਾਬਾਦ ਨਾਲ ਕਿ ਸਾਡੇ ਰਿਸ਼ਤੇਦਾਰ ਸੀ ਸਾਡਾ ਫੁੱਫੜ ਲੱਗਦਾ ਸੀ ਦੂਜੇ ਥਾਂ ਅਤੇ ਸਾਡੇ ਸਹੁਰੇ ਦਾ ਵੀ ਬਾਬੀ ਵਧੀਆ ਉੱਥੇ ਰੋਗੋ ਮੈਂ ਚੱਲ ਰਿਹਾ ਮੈਂ ਦਵਾਈ ਲਿਆ ਮੈਂ ਫਿਰ ਆਪਾਂ ਚੱਲ ਰਹੇ ਘਰ ਨੂੰ ਅਤੇ ਉਹ ਜਿਹੜਾ ਦੇਰ ਲੱਗ ਗਈ ਉਹਨੇ ਇਸ ਵਜ੍ਹਾ ਨਾਲ ਕਦੇ ਇਹ ਫਿਰ ਗਾਂ ਮੈਂ ਤੁਰ ਪਈ ਸਾਡੀ ਤਾਈ ਸੀਗੀ ਉਹ ਕਹਿੰਦੀ ਮੇਰੇ ਰਿਸ਼ਤੇਦਾਰ 26 'ਚ ਬੈਠੇ ਆਪਾਂ ਉੱਥੇ ਚੱਲਦੇ ਉਹ ਕਰਦੇ ਕਰਾਉਂਦੇ ਉੱਥੇ ਆ ਗਏ 6 ਮਹੀਨੇ ਇੱਥੇ 26 'ਚ ਮੇਰਾ 5-6 ਮਹੀਨੇ ਇੱਥੇ ਰਹੇ ਹੋਵਾਂਗੇ
ਇੱਥੇ ਜਦੋਂ ਕਰਕੇ ਵੀ ਖਾਣ ਨੂੰ ਰਾਜੀ ਆਪਦੀ ਡਾਂਸ ਕਰਕੇ ਬਾਹੋ ਖੇਤਾਂ ਨੂੰ ਬਹਾਉਣਾ ਫਲਾਣਾ ਕਰੋ ਟੇਂਬੜਾ ਕਰੋ ਅਤੇ ਉਹ ਫਿਰ ਉੱਥੋਂ ਚੱਲ ਗਏ ਇੱਥੇ ਕਿਤੇ ਪਹਿਲਾਂ ਗੇੜਾ ਲਾ ਕੇ ਮਕਾਨ ਕਿਤੇ ਮਾੜਾ ਮੋਟੇ ਦੇ ਗਏ ਉਹਨੇ ਅਤੇ ਪਹਿਲਾਂ ਤਾਂ ਸਾਡੇ ਨਾਨਕਿਆਂ ਨੂੰ ਲਿਆ ਕੇ ਉਹ ਇਸ ਮਕਾਨ 'ਚ ਬੈਠੇ ਸੀ। ਅੱਛਾ। ਫਿਰ ਇੱਥੋਂ ਇੱਧਰਲੇ ਪਾਸੇ ਲਿਆ ਉਹ ਬਰਾਂਡਾ ਅਤੇ ਮਕਾਨ ਦੋਵੇਂ ਇੱਕੋ ਜਿਹੇ ਸੀ ਪੌੜੀਆਂ ਉੱਤੇ ਉੱਤੇ ਚੁਬਾਰਾ ਸੀਗਾ ਬਣਿਆ ਹੋਇਆ ਉੱਥੇ ਉਹਨਾਂ ਦਾ ਉਹਦੀ ਕੋਈ ਹੋਰ ਆ ਕੇ ਬਾਅਦ ਜੰਮਦੇ ਰਹੇ ਸਾਡੇ ਕੋਲ ਇੱਥੇ ਇੱਕ ਕਮਰਾ ਹੁੰਦਾ ਸੀਗਾ 16 ਫੁੱਟ ਸਟੇਰੀ ਦਾ ਅਤੇ ਉਹਦੇ ਵਿੱਚ ਅਸੀਂ ਆ ਕੇ ਫਿਰ ਅਸੀਂ ਰਹੇ ਸੀ ਬਾਕੀ ਮੂਹਰੇ ਵਿਹੜਾ ਬਣਿਆ ਹੋਇਆ ਸੀਗਾ ਵਿਹੜਿਆਂ ਸਾਰੀ ਬੰਦ ਰਾਸਾ ਹੋਇਆ ਸੀਗਾ ਉੱਥੇ ਦਾਂਦ ਬਣਦੇ ਸੀ ਇੱਥੇ ਖਾਲੀ ਹੋਈ ਸੀਗੀ ਉਦਾਂ ਆਏ ਹਾਂ ਅਲਾਟ ਬਾਅਦ 'ਚ ਹੋਏ ਇੱਕ ਵਾਰੀ ਗਏ ਤਹਿਸੀਲਦਾਰ ਆਇਆ ਉਦੋਂ ਅਖਤਿਆਰ ਤਹਿਸੀਲਦਾਰ ਦੇ ਅਖਤਿਆਰ 'ਚ ਹੁੰਦਾ ਸੀ ਕੰਮ ਤਕਰੀਬਨ ਮੇਰਾ ਸਾਲ ਬਾਅਦ ਹੋਣਾ ਜਾਂ 50-51 ਦੇ ਵਿੱਚ ਹੀ ਜਾਣੀ ਉਦੋਂ ਉਦੋਂ ਅਖਤਿਆਰ ਜਾਏ ਤਹਿਸੀਲਦਾਰ ਕੋਲ ਹੁੰਦੇ ਸੀ ਅਤੇ ਉਹ ਤਹਿਸੀਲਦਾਰ ਦੇ ਨਾਲ ਚੌਧਰੀ ਗਣੀ ਅਤੇ ਨਾਲ ਜਮਾਦਾਰ ਅਤਾ ਮਹਿਮਤ ਯੂਸਫ ਅਤੇ ਹੋਰ ਫਕੀਰ ਡੁੱਡਾ ਇੱਕ ਚੌਧਰੀ ਉਹਨੂੰ ਕਹਿੰਦੇ ਸੀਗੇ ਉਹ ਇਸੇ 4-5 ਜਾਣੇ ਉਹਦੇ ਨਾਲ ਸੀਗੇ ਗੇੜਾ ਲਾਉਂਦੇ ਫਿਰਦੇ ਪਿੱਕੀ ਨੂੰ ਕੌਣ ਹੈ ਕਿ ਤੰਗ ਹੈ ਕੌਣ ਸੌਖਾ ਹੈ ਇਸ ਤਰ੍ਹਾਂ ਕਰਕੇ ਉਹ ਇਹ ਫਿਰ ਤੁਹਾਨੂੰ ਕੋਈ ਯਾਦ ਪੈਂਦਾ ਵੀ ਜਿਹੜਾ ਤੁਹਾਨੂੰ ਇਹ ਮਕਾਨ ਜਿਹੜੇ ਤੁਸੀਂ ਬੈਠੇ ਆ ਇਹਦਾ ਮਤਲਬ ਪਹਿਲੇ ਉਜਾੜਿਆ ਤੋਂ ਪਹਿਲੇ ਜਿਹੜਾ ਮਕਾਨ ਛੱਡ ਕੇ ਗਿਆ ਉਹਦਾ ਮਾਲਕ ਦਾ ਨਾਂ ਕੀ ਯਾਦ ਉਹ ਨਹੀਂ ਪਤਾ ਨਹੀਂ ਕੌਣ ਕੌਣ ਹੋਣੀ ਲੈ ਕੇ ਕਿਹੜੇ ਕਿਹੜੇ ਗਏ ਨਹੀਂ ਅੱਛਾ ਇਹ ਨਹੀਂ ਯਾਦ ਉਹ ਮਕਾਨ ਦਾ ਇੱਕੋ ਹੀ ਕਮਰਾ ਸੀ ਤੁਹਾਨੂੰ ਦੱਸ ਵੀ ਨਾਂ ਦੇ ਪਰੇ ਉਹ ਫਿਰ ਉਦੋਂ ਬਾਅਦ ਜਦੋਂ ਆਏ ਆ ਤਹਿਸੀਲਦਾਰ ਆਇਆ ਉਹਨੇ ਪੁੱਛਿਆ ਮੇਰਾ ਬਕਤ ਗਿਆ ਕਰਾਚੀ ਨੂੰ ਕੋਈ ਸਿਫਟਾਂ ਇੱਧਰੋਂ ਲਿਆ ਗਿਆ ਇੱਧਰੋਂ ਉੱਧਰੋਂ ਹੋਰ ਕੋਈ ਚੀਜ਼ ਕੱਪੜਾ ਕੋਈ ਜਾਂ ਹੋਰ ਕੋਈ ਚੀਜ਼ ਲਿਆ ਕੇ ਇਸ ਤਰ੍ਹਾਂ ਕੰਮ ਕਰਦਾ ਸੀਗਾ ਅਤੇ ਉਹ ਸੀ ਉਦੋਂ ਕਰਾਚੀ ਗਏ ਫਿਰ ਕਰਾਚੀ ਫਿਰ ਜਦੋਂ ਆਉਣ ਤੋਂ ਪਹਿਲਾਂ ਜਾਣੀ ਉਹ ਸਾਰੇ ਚੌਧਰੀ ਜਿਹੜੇ ਸਾਰੇ ਇਕੱਠੇ ਸੀਗੇ ਉਹ ਅੰਮੀ ਨੇ ਸਾਡੇ ਪੁੱਛਣ ਵੀ ਹੁਣ ਆਹ ਵੀ ਲੈ ਲਓ ਆਹ ਉਹ ਕਰੀ ਗਈ ਅਸੀਂ ਕਰਨੇ ਅਸੀਂ ਕਰਨੇ ਉਹ ਚੌਧਰੀਆਂ ਨੇ ਕਹਿ ਕੋਈ ਮੁੱਲ ਮਾਲੀ ਦੋ ਕਮਰੇ ਇੱਕ ਕਮਰਾ ਸੀ ਡੂੰਘਾ ਕਾਫੀ ਇੰਨਾ ਸਾਰਾ ਡੂੰਘਾ ਸੀਗਾ ਅਤੇ ਉਹਦੇ 'ਤੇ ਦੋ ਸਟੇਰੀਆਂ ਸੀਗੀਆਂ 16 ਫੁੱਟ ਨੇ ਦੂਰੀ ਉੱਠੀ ਸੀ ਉਹ ਕਮਰੇ ਬਣਿਆ ਹੋਇਆ ਸੀਗਾ ਉਦੋਂ ਨਾਲ ਫਿਰ ਉਹ ਇੱਧਰ ਨੂੰ ਪਾਰਕਿੰਗ ਗਾਰਡਿੰਗ ਕਰਕੇ ਪਿਛਲੀ ਸਾਈਡ 'ਤੇ ਮੂਹਰੇ ਚੰਗਾੜ ਸੀਗੀ ਪਿੱਛੇ ਅੱਧੇਲੇ ਪਾਸੇ ਕਮਰਾ ਸੀ ਉਹਦੇ ਨਾਲ ਜੋੜੀ ਕੋਈ ਉਸ ਕਲਰ ਛੱਤਣ ਪਾਇਆ ਸੀ ਉਦੋਂ ਪਰੇ ਫਿਰ ਸੀਗਾ ਕਮਰਾ ਉਹਦੇ ਵਿੱਚ ਅਸੀਂ ਤੂੜੀ ਰੱਖਦੇ ਰਹੇ ਉਰਲੇ ਦੂਸਰੇ 'ਚ ਮੱਝਾਂ ਬਣਦੇ ਰਹੇ ਇਹਦੇ ਵਿੱਚ ਸਮਾਨ ਉਹ ਵਿਹਲਾ ਕਰਦੇ ਨਹੀਂ ਸੀ ਸਮਾਨ ਉਹਨਾਂ ਦਾ ਪੈਸੇ ਸੀ ਉਹ ਵਿਹਲਾ ਨਾ ਕਰਨ ਫਿਰ ਤਹਿਸੀਲਦਾਰ ਨੇ ਕਿਹਾ ਚੰਗਾ ਲਿਆ ਮੈਂ ਜੰਦੇ ਲਿਆ ਕੇ ਅਤੇ ਇਹਨੂੰ ਜੰਦੇ ਲਾਈਏ ਕਾਬੂ ਹੋ ਸਮਾਨ 'ਤੇ ਵੀ ਫਿਰ ਹੁਣ ਹਫੜਾ ਤਾਂ ਬੜੀ ਪਈ ਉਹਦਾ ਸਮਾਨ ਚੱਕ ਕੇ ਉਹਨਾਂ ਨੇ ਵਿਹਲੇ ਕਰਕੇ ਅੱਛਾ ਤੁਸੀਂ ਜਿਹੜੇ ਇੱਥੋਂ ਕੈਂਪ 'ਚ ਤੁਸੀਂ ਕਸੂਰ ਆਏ ਆ ਜੀ ਰਾਜ ਕਿਤੇ ਹਮਲਾ ਸ਼ਮਲਾ ਤਾਂ ਨਹੀਂ ਹੋਇਆ ਤੁਹਾਡੇ ਨਾਲ ਰਾਜ ਸਾਡੇ 'ਤੇ ਕੋਈ ਨਹੀਂ ਇਸਦੀ ਗੱਲਬਾਤ ਹੋਈ ਸਾਡੇ ਆਪਦੇ ਗੱਡੇ ਦੀ ਨਿਰਤਾ ਕਰਕੇ ਨਾ ਧੁਰ ਟੁੱਟੀ ਸੀਗੀ ਧੁਰ ਟੁੱਟੀ ਤਾਂ ਫਿਰ ਲਿਆ ਕੇ ਦੋ ਧੁਰਾਂ ਲਿਆਂਦੀਆਂ ਉਹਦੇ ਹਿਸਾਬ ਦੀ ਜਿਹੜੀ ਸੈੱਟ ਆਈ ਉਹ ਧੁਰਾਂ 'ਚ ਪਾ ਕੇ ਨਾ ਫਿਰ ਅਸੀਂ ਸੰਜੋਗਾਂ ਤੁਰੇ ਹਾਂ ਅੱਛਾ ਇਹ ਕੋਈ ਯਾਦ ਪੈਂਦਾ ਵੀ ਤੁਸੀਂ ਛੋਟੀ ਈਦ ਕਿੱਥੇ ਕੀਤੀ ਸੀਗੀ ਛੋਟੀ ਈਦ ਮੇਰੇ ਖਿਆਲ 'ਚ ਸ਼ਾਇਦ ਕਸੂਰ ਹੀ ਹੋਈ ਹੈ ਮੈਂ ਭਾਈ ਮੱਡੀ ਹੋਈ ਸੀ ਮੈਨੂੰ ਯਾਦ ਨਹੀਂ ਉਹਨਾਂ ਨਹੀਂ ਯਾਦ ਹੈ ਅੱਛਾ ਇਹ ਨਹੀਂ ਯਾਦ ਸ਼ਾਇਦ ਕੁਛ ਵੱਡੀ ਹੋਈ ਹੈ ਕਸੂਰ ਵੱਡੀ ਹੋਈ ਤਾਂ ਹੋਈ ਛੋਟੀ ਨਹੀਂ ਹੋਈ ਅੱਛਾ ਠੀਕ ਠੀਕ ਕਸੂਰ ਕਿੰਨੇ ਦਿਨ ਰਹੇ ਹੋਣਗੇ ਫਿਰ ਕਸੂਰ ਰਹੇ ਨਹੀਂ ਗਏ ਅੱਛਾ ਉਵੇਂ ਤੁਰੇ ਆਏ ਹੌਲੀ ਤੁਰੇ ਆਏ ਹੌਲੀ ਹੌਲੀ ਉੱਧਰੋਂ ਫਿਰ ਲਾਹੌਰ ਚਲੇ ਗਏ ਉੱਥੋਂ ਫਿਰ ਲਾਹੌਰ ਆ ਗਏ ਫੈਸਲਾਬਾਦ ਦੀ ਧੀ ਜਿਹੜੀ ਸੀ ਨਾ ਉਹ ਫੈਸਲਾਬਾਦ ਸੀ ਪਹਿਲਾਂ ਸਾਡੇ ਨੂੰ ਆ ਕੇ ਆ ਗਿਆ ਲੈਲਪੁਰ ਉੱਥੇ ਆ ਗਏ ਸੀ ਉਸ ਵੇਲੇ ਚਲਾਰ ਵੱਜਦੀ ਪਹਿਲਾਂ ਉੱਥੇ ਰਹਿੰਦੇ ਸੀ ਉੱਥੋਂ ਫਿਰ ਉਹ ਆਏ ਧੋਬੀ ਘਾਟ ਉੱਥੇ ਰਹਿ ਕੇ ਮਕਾਨ ਲਿਆ ਉਹਨਾਂ ਨੇ ਦੁਕਾਨ ਉਹਨੇ ਝੰਗ ਬਜਾਜ ਕਿਲ ਕਬਜਾ ਦੀ ਅਤੇ ਉੱਥੋਂ ਫਿਰ ਹੁਣ ਉਹਨਾਂ ਨੇ ਜਨਾਹ ਕਲੋਨੀ ਦੇ ਵਿੱਚ ਲੈ ਕੇ ਮਕਾਨ ਲਿਆ ਅਤੇ ਉਹਦੇ 'ਚ ਦੂਸਰੇ ਦੋ ਜਿਹੜੇ ਉਹਦੇ ਮੁੰਡੇ ਸੀ ਉਹਨਾਂ 'ਚੋਂ ਇੱਕ ਨੇ ਜਨਾਹ ਕਲੋਨੀ ਦੀ ਇੱਧਰਲੀ ਸਾਈਡ 'ਤੇ ਕੋਠੀ ਬਣੀ ਇੱਕ ਉਹਦੇ ਸੀ ਜਿੱਥੇ ਚੌਕੀ ਬਣੀ ਹੋਈ ਹੈ ਉਹ ਸੜਕ ਦੇ ਉੱਤੇ ਅਤੇ ਇਹ ਦੱਸਿਓ ਕਿ ਬਈ ਇਸ ਹਿਜਰਤ ਦੇ ਦੌਰਾਨ ਤੁਹਾਡੇ ਘਰ ਦਾ ਕੋਈ ਜੀ ਫੌਤ ਨਹੀਂ ਹੋਇਆ ਸਾਡੇ ਜੀ ਤਕਰੀਬਨ ਜਿੰਨਾ ਚਿਕਰ ਅਸੀਂ ਇੱਥੇ ਨਹੀਂ ਪਹੁੰਚੇ ਹਾਂ ਜਾਂ ਅਸੀਂ ਉੱਥੋਂ ਚੱਲੇ ਹਾਂ ਉਹਨਾਂ ਚਿਕਰ ਚੱਲਾ ਦਾ ਕਰਮ ਰਿਹਾ ਅੱਛਾ ਇੱਥੇ ਆਉਣ ਤੋਂ ਬਾਅਦ ਤਕਰੀਬਨ ਕੁਛ ਅਰਸਾ ਲੰਘਿਆ ਹੋਊਗਾ ਸਾਲ ਕੁ ਜਾਂ 1.5 ਸਾਲ ਛੋਟਾ ਭਰਾ ਸੀ ਮੇਰਾ ਅੱਛਾ
ਅਤੇ ਉਹ ਫੌਸ ਹੋਇਆ ਸੀਗਾ ਇੱਥੇ ਗਾਜ਼ੀਪੀਰ ਨੂੰ ਰੱਬ ਜਾਣੇ ਸੜਕਾਂ 'ਚ ਥੱਲੇ ਕਬਰਾਂ ਉਗਾਈਆਂ ਹੋਈਆਂ ਜਾਂ ਕਿਸੇ ਬਾਹਰ ਇੱਧਰ ਉੱਧਰ ਉਹਨਾਂ ਕੋਈ ਨਹੀਂ ਪਤਾ ਹੈ। ਅਤੇ ਉਦੋਂ ਜਿਹੜੇ ਦੋ ਕੁੜੀਆਂ ਸੀਗੀਆਂ ਉਹ ਛੋਟੀਆਂ ਛੋਟੀਆਂ ਤਕਰੀਬਨ ਮੇਰਾ ਸਾਲ ਤੋਂ ਵੀ ਘੱਟ ਘੱਟ ਦੇ ਵਿੱਚ ਫੌਸ ਹੋ ਗਈਆਂ ਸੀਗੀਆਂ। ਅੱਛਾ, ਅਤੇ ਤੁਸੀਂ ਉਸ ਵੇਲੇ ਕਿੰਨੇ ਭੈਣ ਭਾਈ ਸੀ ਜਦੋਂ ਇਹ ਉਜਾੜੇ ਪਏ? ਜਦੋਂ ਉਜਾੜੇ ਪਏ ਉਦੋਂ ਅਸੀਂ ਇੱਕ ਭੈਣ ਅਤੇ ਦੋ ਅਸੀਂ ਭਾਈ ਸੀ। ਵੱਡੀ ਸੀ ਜਿਹੜੀ ਸਾਰਿਆਂ ਤੋਂ ਸਾਥੋਂ ਇੱਕ ਦੋ ਵਾਰੀ ਖਾਬਾਂ ਚ ਦੇਖਿਆ ਹੋਵੇ ਓਦਾਂ ਵੀ ਮੇਰੇ ਦਿਮਾਗ ਚ ਹੈਗਾ ਇਸ ਤਰ੍ਹਾਂ ਵੀ ਇਹ ਤਾਂ ਆਇਆ ਤੇ ਜਾਂਦਾ ਬਾਜ਼ਾਰ ਤੇ ਇਹ ਮਸਜਿਦ ਹੈ, ਮਸਜਿਦ ਦੇ ਨਾਲ ਵੀ ਉਹ ਗਲੀ ਜਾਂਦਾ, ਮਸਜਿਦ ਗਲੀ ਨਾਲ ਜਾ ਕੇ ਮਾੜੇ ਜਿਹੇ ਐਨ ਹੋ ਕੇ ਨਾ ਇੱਧਰੋਂ ਐਨ ਹੋ ਗਿਆ, ਉੱਥੇ ਵੱਡੀ ਸਾਰੀ ਨਿੰਮ ਸੀ ਜਿਹੜੀ ਦੋ ਗੁਲਾਬੀਆਂ 'ਚ ਵੀ ਨਹੀਂ ਆਉਂਦੀ, ਵੱਡੇ ਸਾਰੇ ਉਹ ਫਾਟਕ ਅੰਦਰ ਹੀ ਲਾਏ ਹੋਏ ਤੁਹਾਨੂੰ ਪਤਾ ਨਾ ਕਿ ਇਸ ਤਰ੍ਹਾਂ ਕਿਹੜਾ ਸੀ, ਨਾ ਗੇਟ ਕੋਈ ਬਣਿਆ ਹੁੰਦਾ ਸੀ ਨਾ ਕੋਈ ਬੂਹੇ ਹੁੰਦੇ ਉਹ ਅੰਦਰ ਹੀ ਲੱਗੇ ਹੁੰਦੇ ਸੀਗੇ, ਅਤੇ ਉਹ ਵੀ ਸਾਡੇ ਤਕਰੀਬਨ ਰਿਸ਼ਤੇਦਾਰ ਹੀ ਲੱਗਦੇ ਸੀ, ਅਤੇ ਉਸ ਤੋਂ ਬਾਅਦ ਮਾੜੇ ਨਾਲ ਨੂੰ ਹੋ ਕੇ ਸਾਡੇ ਇੱਕ ਗਲੀ ਐਂ ਮੁੜ ਜਾਂਦੇ ਸੀਗੇ ਉਹ ਵੱਜਦੇ ਸੀਗੇ, ਧੋਬੀ ਉੱਥੇ ਰਹਿੰਦੇ ਸੀਗੇ ਦੋ ਤਿੰਨੀਆਂ ਸੀ, ਇੱਕ ਧੋਬੀ ਦੀਆਂ ਉਹ ਇੱਥੇ ਵੀ ਆ ਕੇ ਰਹੇ ਆ ਅਤੇ ਉੱਥੇ ਜੋ ਚੀਚੀਆਂ ਦੇ ਵਿੱਚ, ਅਤੇ ਉਹ ਫਿਰ ਇੱਧਰੋਂ ਜੋ ਗਾਹਾਂ ਲੰਘ ਜਾਂਦੀ ਗਲੀ ਉਹਨੂੰ ਬਾਅਦ ਉਰੇ ਆ ਮਾੜੇ ਜਿਹਾ ਐਂ ਮੁੜ ਕੇ ਉੱਥੇ ਨੁੱਕਰ 'ਤੇ ਸਾਡਾ ਦਾਂਦਾਂ ਵਾਸਤੇ ਬਾਗਲਾ ਘੋੜਾ ਬਣਿਆ ਹੋਇਆ, ਉਦੋਂ ਨਾਲ ਫਿਰ ਇੱਕ ਘਰ ਛੱਡ ਲੱਗਦਾ ਸੀ, ਉਹ ਘਰ ਛੱਡ ਕੇ ਨਾਲ ਉਦੋਂ ਸਾਡਾ ਮਕਾਨ ਸੀਗਾ, ਸਾਡੇ ਮਕਾਨ 'ਤੇ ਦੋ ਕਮਰੇ ਸੀ ਅਤੇ ਬਾਕੀ ਬਰਾਂਡੇ ਦੋਹਾਂ ਪਾਸੇ ਮੂਹਰੇ ਬਰਾਂਡੇ ਸੀ ਇਸ ਸਾਈਡ 'ਤੇ ਵੀ ਇਸ ਸਾਈਡ 'ਤੇ। ਅੱਛਾ, ਜਿਵੇਂ ਬੱਚੇ ਛੋਟੇ ਹੁੰਦੇ ਸ਼ਰਾਰਤਾਂ ਕਰਦੇ ਆ, ਖੇਡਾਂ ਖੇਡਦੇ ਆ, ਤੁਸੀਂ ਕੋਈ ਇਹੋ ਜਿਹੀ ਕੋਈ ਸ਼ਰਾਰਤ ਸ਼ਰੂਰਤ ਕਰਦੇ ਹੋ? ਉਸਦੇ ਕੋਈ ਨਹੀਂ ਇਹੋ ਜਿਹੀ ਸ਼ਰਾਰਤਾਂ ਜਾਂ ਕੋਈ ਇਹਨਾਂ ਗੱਲਾਂ ਦਾ ਪਤਾ ਇੰਨਾ ਕੀ ਪਤਾ ਵੀ ਜਦੋਂ ਰੈਕ ਉੜ ਜਾਂਦੇ ਨਾ ਇੱਕ ਕੋਈ ਅੱਲਾ ਦਾ ਨੇਕ ਬੰਦਾ ਜੀ ਫਕੀਰ ਉਹਦੀ ਕੁਲੀ ਹੁੰਦੀ ਜੀ ਥੜੀ ਉੱਚੀ ਸਾਰੀ ਬਣੀ ਉੱਥੇ ਟੂੰਗਰ ਵੀ ਚਿਮਟੇ ਚਿਮਟੇ ਹੋ ਗਏ ਚਪਿਆਂ ਦਾ ਰਿਵਾਜ ਉਹ ਜੋੜੀ ਅਤੇ ਚਿਮਟੇ ਅਤੇ ਬਾਕੀ ਉਹ ਢਿੱਡ ਜੀ ਵਜਾਉਣ ਵਾਲਾ ਉੱਥੇ ਉਹ ਪਤਾ ਵੀ ਹੁੰਦਾ ਸੀ ਬਾਈ ਮੇਰੇ ਕਹਿੰਦੇ ਉਹਦੀ ਲੱਤ ਕੀ ਕਿਤੇ ਵੀ ਉਹਦੇ ਹੱਥ ਹੜ ਕਿਤੇ ਹੁੰਦੀ ਸੀ ਹੁਣ ਹਿਸਾਬ ਤਾਂ ਵੱਧ ਲੜ ਜਾਣੀ ਅੱਲਾ ਦੀ ਪਰੇ ਜਾ ਕੇ ਜੋ ਬੱਕਰੀਆਂ ਬੁੱਕਰੀਆਂ ਚਾਰਨ ਵਾਲੇ ਜਿਹੜੇ ਪਾਸੇ ਆ ਕੇ ਪੜੀ ਹੱਡਾਂ ਰੋੜੀ ਸੀਗੀ ਜਿਹਨੂੰ ਕਰਕੇ ਉੱਥੇ ਨਾਨਕਿਆਂ ਦੇ ਅਤੇ ਜਿਹੜੇ ਸ਼ਹਿਰ 'ਚ ਸੀਗੇ ਸ਼ਹਿਰ 'ਚ ਜਿਹੜਾ ਅਸੀਂ ਉੱਥੋਂ ਨਿਕਲੇ ਇੱਧਰਲੇ ਖੱਬੇ ਹੱਥ ਉੱਥੇ ਹਸਪਤਾਲ ਸੀਗਾ ਗਾਂ ਅੱਡਾ ਸੀ ਅੱਡੇ ਤੋਂ ਗਾਂ ਸੜਕ ਜਾਂਦੀ ਸੀਗੀ ਰੈਕ ਔਰ ਨੂੰ ਰਾਤ ਵਿੱਚ ਕੋਈ ਪੂਰੀ ਜ਼ਿੰਦਗੀ ਨਾਲ ਬੱਕਰੀਆਂ ਵਾਲਿਆਂ ਦੇ ਵਜਦੇ ਐਵੇਂ ਨਿਕਲ ਜਾਣਾ ਉਸ ਦਿਨ ਫਿਰਦੇ ਤੁਰਦੇ ਉੱਥੇ ਫਿਰ ਵਾਪਸ ਆਉਣਾ ਅਤੇ ਇਸ ਤਰ੍ਹਾਂ ਕਰਕੇ ਮਾੜੀ ਮੋਟੀ ਜਿਹੜੀ ਕੋਈ ਸੀਗਾ ਹੋਰ ਸ਼ਰਾਰਤਾਂ ਸ਼ਰੂਰਤਾਂ ਵਾਲਾ ਕੋਈ ਪਤਾ ਕਿਵੇਂ ਹੁੰਦੀਆਂ ਸ਼ਰਾਰਤਾਂ ਕਿਵੇਂ ਹੁੰਦੀਆਂ ਕੁਰਬਾਨੀ ਆਉਣੀ ਆਉਣ 'ਚ ਅਸੀਂ ਉਹ ਪੌੜੀਆਂ 'ਤੇ ਬੈਠਿਆਂ ਨੇ ਕਰਨ ਲੱਗ ਜਾਣਾ ਪਹੀਏ ਬਣਾਉਂਦੇ ਗੱਡੀਆਂ ਦੇ ਚਮਿਆਰ ਕਹਿੰਦੇ ਮਾੜਾ ਇੱਧਰ ਲਾਈਏ ਉੱਥੇ ਬਾਜ਼ਾਰ ਗਲੀ ਦੇ ਕੋਲੋਂ ਉੱਥੇ ਜੁੱਤੀਆਂ ਸਿਉਣ ਵਾਲੇ ਹੁੰਦੇ ਸੀਗੇ ਸਾਹਮਣੇ ਸਾਡੇ ਕਰਿਆਨੇ ਦੁਕਾਨ ਸੀ ਉਦੋਂ ਨਾਲ ਦੁੱਧ ਵਾਲੀ ਦੁਕਾਨ ਸੀਗੀ ਲਾਹੌਰੀ ਕਹਿੰਦੇ ਸੀ ਉਹਨੂੰ ਦੁੱਧ ਵਾਲੇ ਨੂੰ ਲਾਹੌਰੀ ਨਾਂ ਉਹਦਾ ਦੁੱਧ ਲੈ ਕੇ ਆਉਣਾ ਜੇ ਕਿਸੇ ਜ਼ਰੂਰਤ ਪੈਂਦਾ ਬਲਕਿ ਮੈਂ ਉੱਧਰ ਵੀ ਸਾਡੇ ਕੋਲ ਰਹੀ ਹੈ ਇਹੀ ਦੱਸਦੇ ਬਲਕਿ ਮੇਰੇ ਵਾਲਦ ਸਾਹਿਬ ਤਾਂ ਜਦੋਂ ਤੂੰ ਜੰਮਿਆ ਤਾਂ ਦੋ ਮੱਝ ਉਹ ਇਹੋ ਜਿਹੀ ਸੀਗੀ ਕਿ ਜਿਹੜੀ ਦਿਨ ਵੀ ਸਵੇਰ ਵੇਲੇ ਚੋਲੋ ਸ਼ਾਮ ਨੂੰ ਗਰਮ ਕਰਕੇ ਡੇਢ ਕਿਲੋ ਸ਼ਾਮ 'ਤੇ ਰੱਖ ਦਿਓ ਗਰਮ ਡੇਢ ਕਿਲੋ ਅਤੇ ਯਾਨੀ 20-25 ਗਾਈ ਸੀ ਉਦੋਂ ਦੁੱਧ ਹੁੰਦਾ ਸੀਗਾ ਦੋਵਾਂ ਟਾਈਮਾਂ ਦਾ ਅਤੇ ਬਾਕੀ ਉਹ ਖਾਣ ਪੀਣ ਵੀ ਖੁੱਲ੍ਹਾ ਉੱਧਰ ਵੀ ਖੁੱਲ੍ਹਾ ਸੀਗਾ ਪੰਜੀਰੀ ਬਣਾ ਲੈਣੀ ਬਦਾਮ ਵਾਲੀਆਂ ਗਿਰੀਆਂ ਵਿੱਚ ਪਾ ਕੇ ਉਹ ਜਿਵੇਂ ਮਰਜ਼ੀ ਖਾਈ ਰੱਖਣੀ ਆ ਇਹੋ ਜਿਹੇ ਖਾਣ ਪੀਣ ਦੇ ਖੁੱਲ੍ਹ ਉੱਥੇ ਵੀ ਸੀ ਇੱਥੇ ਵੀ ਅਲੱਗ ਤਾਂ ਖੁੱਲ੍ਹ ਰਹੀ ਪਾਠ ਕਰ ਲੈਂਦੇ ਆਪਦੇ ਉੱਥੇ ਕੁੰਡੇ ਹੁੰਦੇ ਉਹਨਾਂ ਪੀਂਘ ਪਾ ਕੇ ਚੁੱਟਣ ਵਾਲਾ ਇੰਨਾ ਕੁ ਪਾ ਇੰਨਾ ਕੁ ਪਤਾ ਲੱਗਦਾ ਅੱਛਾ ਉੱਥੇ ਤੁਹਾਡੇ ਮਹੱਲੇ ਕਿਸੇ ਕੋਲ ਰੈਡੀਓ ਸੀਗਾ ਮੈਂ ਦੇਖਿਆ ਨਾ ਮੇਰੇ ਖਿਆਲ 'ਚ ਉਸ ਵੇਲੇ ਸ਼ਾਇਦ ਕੋਈ ਸੌ
ਮਤਲਬ ਸਾਰੇ ਸ਼ਹਿਰ ਦੀ ਦੋ ਚਾਰ ਕਮੀ ਹੋਣਗੇ ਮੈਨੂੰ ਨਹੀਂ ਇੰਨਾ ਪਤਾ ਤਵੇ ਵਾਲਾ ਹਲੇ ਹੁੰਦਾ ਸੀਗਾ ਸਾਡੇ ਵਰਗੇ ਗੁਆਂਢ ਇੱਕ ਮਕਾਨ ਛੱਡ ਕੇ ਦੂਸਰੇ ਮਕਾਨ ਇਸ ਸਾਈਡ 'ਤੇ ਸੀ ਉਹਦਾ ਬੂਹਾ ਜਿੱਥੇ ਉਹਨਾਂ ਦੇ ਗੁਲਾਮਾਂ ਪਿਓ ਨੂੰ ਕਹਿੰਦੇ ਸੀਗੇ ਅਤੇ ਉਹ ਵੱਡਾ ਸਾਰਾ ਧੂਸ ਦੂਜਾ ਉਹਦੇ ਨਾਲ ਲਾਇਆ ਹੁੰਦਾ ਉਹਦੇ ਰਿਕਾਰਡ 'ਚ ਕਹਿੰਦੇ ਸੀ ਅੱਛਾ ਤੁਸੀਂ ਸੁਣੇ ਹੋ ਰਿਕਾਰਡ ਸੁਣੇ ਉਹ ਬਾਕੀ ਹੁਣ ਨਹੀਂ ਪਤਾ ਯਾਦ ਹੋ ਕਿ ਕੀ ਹੋਈ ਇਹ ਯਾਦ ਪੈਂਦਾ ਵੀ ਕਿਹਦੇ ਕੋਲ ਸੀਗਾ ਉਹ ਬਾਜਾ ਉਹ ਕਹਿੰਦੇ ਉਹਨਾਂ ਨੂੰ ਮੇਰਾ ਸ਼ਾਇਦ ਨੱਥੂ ਕੇ ਸ਼ਾਇਦ ਕਹਿੰਦੇ ਸੀ ਉਹਨਾਂ ਦਾ ਨਾਮ ਉਹਨਾਂ ਦੇ ਮੁੰਡੇ ਇੱਕ ਨਾ ਕਹਿੰਦੀ ਨੈਬ ਸੀਗਾ ਇੱਕ ਨਾ ਪਤਾ ਨਹੀਂ ਕੀ ਦੋ ਮੁੰਡੇ ਸੀ ਵੱਡੇ ਜਵਾਨ ਉਸ ਵੇਲੇ ਅੱਛਾ ਇਹ ਦੱਸੋ ਵੀ ਤੁਸੀਂ ਜਦੋਂ ਫਿਰ ਉੱਥੋਂ ਉੱਜੜ ਕੇ ਆਏ ਤੁਹਾਡੇ ਮੁਹੱਲੇ ਵਾਲੇ ਜਾਂ ਜਿਹੜੇ ਆਂਢ ਗੁਆਂਢ ਦੇ ਜ਼ਿਆਦਾਤਰ ਫਿਰ ਤੁਸੀਂ ਇਕੱਠੇ ਹੋ ਗਏ ਸੀ ਇੱਥੇ ਆ ਗਏ ਜਾਂ ਹਰ ਕੋਈ ਖਿੰਡ ਖੁੰਡ ਗਿਆ ਬਸ ਕੋਈ ਬਲਕਿ ਖਿੰਡ ਹੀ ਗਏ ਕੋਈ ਤੀਹ 'ਚ ਇੱਥੇ ਕੋਈ ਟਿਊਸ਼ਨ 'ਚ ਸਤਾਈ 'ਚ ਕੋਈ ਇਸ ਤਰ੍ਹਾਂ ਕਰਕੇ ਕੋਈ ਖੇਲਣ ਗਏ ਕੋਈ ਅਸੀਂ ਆਪਦੇ ਜਿਹੜੇ ਦੋ ਚਾਰ ਘਰ ਸੀ ਇੱਥੇ ਨਾਨਕੇ ਦੇ ਅਸੀਂ ਨਾਨਕੇ ਲਹਿਦਾ ਆਪ ਤੋਂ ਲਹਿਦਾ ਲਹਿਦਾ ਆਏ ਹਾਂ ਉਹ ਰੈਕੋਟੋਂ ਸਭ ਤੋਂ ਬਾਅਦ 'ਚ ਚੱਲਣ ਚੱਲੇ ਅਸੀਂ ਪਹਿਲਾਂ ਸੀ ਅਤੇ ਬਾਕੀ ਇੱਥੇ ਆ ਕੇ ਸਮਝੋ ਇਕੱਠੇ ਹੋ ਗਏ ਸੀਗੇ ਫਿਰ ਪਹਿਲਾਂ 26 'ਚ ਇਕੱਠੇ ਹੀ ਰਹੇ ਹਾਂ ਉੱਥੋਂ ਵੀ ਇਕੱਠੇ ਚੱਲ ਇੱਥੇ ਵੀ ਤਕਰੀਬਨ ਇਕੱਠੇ ਹੀ ਆ ਅੱਛਾ ਉਸ ਵੇਲੇ ਦੀ ਕੋਈ ਹੋਰ ਕੋਈ ਗੱਲਬਾਤ ਤੁਸੀਂ ਦਿਲ ਕਰਦਾ ਸੁਣਾਉਣ ਤੁਸੀਂ ਦੱਸ ਸਕਦੇ ਹੋ ਹੋਰ ਕੋਈ ਨਾ ਇਸ ਮੰਡੀ ਜਾਂਦੇ ਰਾਤ 'ਚ ਗੋਭੀ ਵੀ ਦਿੰਦੀ ਉਹ ਤੋੜ ਤੋੜ ਕੇ ਖਾਂਦੇ ਜਾਣ ਅਤੇ ਕੋਈ ਇਸ ਤਰ੍ਹਾਂ ਕੋਈ ਨਾ ਕੋਈ ਚੀਜ਼ ਰਾਤ 'ਚ ਹੁੰਦੀ ਸੀ ਤੋੜ ਕੇ ਖਾ ਲੈਣੀ ਉਹਦਾ ਉੱਥੇ ਕੋਈ ਵਿਸ਼ਨ ਪੋਸ਼ਣਾ ਹੁੰਦਾ ਸੀ ਅੱਛਾ ਆਪਣੇ ਸ਼ੋਰਕੋਟ ਸ਼ਹਿਰ ਦੇ ਅਸੀਂ ਸੁਣਦੇ ਹਾਂ ਕਿ ਮੋਸਟਲੀ ਜ਼ਿਆਦਾਤਰ ਜਗਰਾਵਾਂ ਦੇ ਬੰਦੇ ਆਏ ਆ ਹਾਂਜੀ ਬਹੁਤ ਜਗਰਾਵਾਂ ਬਹੁਤ ਜ਼ਿਆਦਾ ਇੱਥੇ ਜ਼ਿਆਦਾ ਜਗਰਾਵਾਂ ਦੇ ਇੱਥੇ ਸ਼ੋਰਕੋਟ ਸ਼ਹਿਰ 'ਚ ਉਹਨਾਂ ਵਸਾਇਆ ਜੀ ਅਤੇ ਉਹਨਾਂ 'ਚ ਤੁਸੀਂ ਆਪਣੇ ਦੋ ਜਿਹੜੇ ਵੱਡੇ ਵੱਡੇ ਬਜ਼ੁਰਗ ਸੀਗੇ ਤੁਹਾਡੇ ਉਹਨਾਂ ਦੇ ਕਿਸੇ ਦੇ ਨਾਂ ਯਾਦ ਪੈਂਦੇ ਵੀ ਕੌਣ ਕੌਣ ਸੀਗੇ ਜਿਹੜੇ ਇੱਥੇ ਆਏ ਹੋਣ ਕਿਤੇ ਝੰਡੂ ਕੇ ਵੱਜਦੇ ਸਾਡੇ ਗੁਆਂਢੀ ਹੁੰਦੇ ਸੀ ਦੇਸ਼ ਅੱਛਾ ਬਾਕੀ ਦੂਸਰੇ ਰੱਤੇ ਜੋ ਆਏ ਰਹਿ ਗਏ ਸੀ ਸਾਡੇ ਤਾਏ ਹੁਣ ਉਹਦੇ ਨੂੰ ਖਿਲਰ ਗਏ ਸੀ ਉਹ ਵੀ ਫਿਰ ਬਾਅਦ 'ਚ ਸੱਦੇ ਇੱਥੇ ਆਏ ਆ ਸਾਡੇ ਜਾਗ ਸਾਡੇ ਕੋਲੋਂ ਲੱਗਿਆ ਉਹਨਾਂ ਨੂੰ ਵੀ ਚਾਚੇ ਸੀਗੇ ਸਾਡੇ ਜਿਹੜੇ ਕੋਠੀ ਨੂੰ ਦੇ ਅਤੇ ਉਹਨਾਂ ਦੇ ਉਹ ਕੱਤਰ 'ਚ ਰਹਿੰਦੇ ਸੀ ਸਮੁੰਦਰੀ ਦੇ ਕੋਲ ਕੱਤਰ ਚਾਚਾ ਕੱਤਰ ਉਹ ਉੱਥੇ ਰਹਿੰਦੇ ਸੀਗੇ ਇੱਥੇ ਸਟੇਸ਼ਨ 'ਤੇ ਕਿਤੇ ਕੰਮ ਕਰਦਾ ਸੀ ਸਾਡਾ ਚਾਚਾ ਇੱਕ ਅਤੇ ਛੋਟੇ ਤੋਂ ਜਾਣੀ ਦੋਵਾਂ ਤੋਂ ਛੋਟੇ ਤੋਂ ਵੱਡਾ ਸੀਗਾ ਇਹ ਆਪਸ ਹੁਣ ਮੁਹੱਬਤ ਸੀ ਇਹ ਕੁਛ ਜ਼ਰੂਰ ਨਹੀਂ ਵੀ ਸਾਰੀ ਪਤਰੇ ਨਾਲ ਮੁਹੱਬਤ ਹੋਊਗੀ ਉਹਦੇ ਮੁਹੱਬਤ ਸੀ ਕਰਕੇ ਉੱਠੇ ਸੀ ਔਖਾ ਜਿਹਾ ਸੀ ਰੱਖ ਉਹਨੂੰ ਸੱਦਿਆ ਸੀ ਅੱਗੇ ਆਇਆ ਕਿ ਨੂਰਾ ਨੂਰ ਮੰਦ ਦੇ ਨਾਲ ਹੀ ਅੱਗੇ ਆਇਆ ਨੂਰਿਆ ਪਰ ਆ ਕੇ ਕੋਈ ਕੰਮ ਹੀ ਕਰ ਲੈਂਦੇ ਉਹ ਕੰਮ ਉਹਨੂੰ ਸੱਦ ਕੇ ਇੱਥੇ ਦੁਕਾਨ 50 ਰੁਪਈਆਂ 'ਚ ਦੁਕਾਨ ਲਈ ਮੁੱਲ ਉਹਦੇ 'ਚ ਖੱਜੀਆਂ ਰੱਖੀਆਂ ਸੀਗੀਆਂ ਉਹ ਮੈਨੂੰ ਗਹਿਤਾ ਕਹਿੰਦੇ ਸੀ ਨਹੀਂ ਗਹਿਤਾ ਨਹੀਂ ਉਹਦਾ ਨਾਂ ਸੀਗਾ ਧੋਬੇ ਤੁਸੀਂ ਅਤੇ ਉਹ ਹੀ ਖੱਜੀਆਂ ਰੱਖੀਆਂ ਸੀ ਫੋੜੀ 'ਚ ਹੁੰਦੀਆਂ ਸੀ ਖੱਜੀਆਂ ਉਸ ਵੇਲੇ ਮੇਰਾ ਸ਼ਾਇਦ ਆਨੇ ਕਿ ਦੋ ਆਨੇ ਸੇਲ ਹੁੰਦੀਆਂ ਹੋਣਗੀਆਂ ਹੁਣ 50 ਰੁਪਏ ਦੇ ਕੇ ਦੁਕਾਨ ਦਾ ਕਬਜ਼ਾ ਲਿਆ ਸੀਗਾ ਕਬਜ਼ਾ ਲੈ ਕੇ ਬਾਅਦ 'ਚ ਉਸੇ ਨੇ ਵੱਡਾ ਵੱਡੇ ਵੱਡੇ ਫੱਟਿਆਂ ਵਾਲੇ ਲਗਾਇਆ ਸੀਗਾ ਅਤੇ ਨਾਲ ਹੀ ਉਹਦੇ ਪੌੜੀਆਂ ਤਾਂ ਚੜ੍ਹਦੀਆਂ ਸੀਗੀਆਂ ਜੀ ਕਾਫੀ ਖੁੱਲ੍ਹੀ ਦੁਕਾਨ ਦੇਣੀ ਦੋ ਦੁਕਾਨ ਜਿੰਨੀ ਸੀ ਇੰਨੀ ਹੀ ਸਮਝ ਲਓ ਜਿੰਨੀ ਦੋ ਦੁਕਾਨਾਂ ਬਣ ਜਾਂਦੀਆਂ ਦੁਕਾਨ ਬਣ ਸਮਝੋ ਉਹਦੇ ਵਿੱਚ ਕਰਿਆਨਾ ਪਾਇਆ ਕਰਿਆਨਾ ਪਾ ਕੇ ਫਿਰ ਸਮਝੋ ਅੱਗੇ ਪਸਰੇ ਦਾ ਪੁੱਤ ਉਹ ਕਿਤੇ ਕੰਮ ਸਿੱਖਿਆ ਸੀ ਆ ਕੁਛ ਸਿੱਖਿਆ ਹੁਣ ਉਹਨੂੰ ਬਾਅਦ 'ਚ ਸੱਦਿਆ ਉਹ ਸੁੱਕੀ ਮਠਿਆਈ ਬਣਾਉਂਦੇ ਰਹੇ ਉਹ ਚੱਲਦੀ ਰਹੀ ਜਿਹੜੀ ਲੱਖੀ ਖਾਖੀ ਰੱਖੀ ਇੱਥੋਂ ਵੀ ਮੰਗਣਾ 'ਚੋਂ ਭੰਗੂਆਂ 'ਚੋਂ ਸਾਰੇ ਜਣੇ ਸੌਦਾ ਸਾਡੇ ਕੋਲੋਂ ਕਰਿਆਨੇ ਦਾ ਵੀ ਅਤੇ ਮਠਿਆਈ ਸੁੱਕੀ ਦਾ ਸਾਡੇ ਕੋਲ ਜ਼ਿਆਦਾ ਚੱਲਦਾ ਨਿਵਾਣੀ ਵਾਸੀ ਵਾਲੇ ਇੱਧਰ ਉੱਧਰ ਹੱਸੂ ਵਾਲੀ ਵਾਲੇ ਸਭ ਇੱਥੇ ਸੌਦਾ ਲਿਜਾਣ ਵਾਲੇ ਹੁੰਦੇ ਇੱਕ ਬਾਅਦ 'ਚ ਹੋਰ ਸੀਗੀ ਦੁਕਾਨ ਸੁੱਕੀ ਮਠਿਆਈ ਬਣ ਗਈ ਉਹ ਜਿੱਥੇ ਬਾਬੇ ਖਰੀਦ ਦੁਕਾਨ ਕਹਿੰਦੇ ਹੁਣ ਉਹ ਉੱਥੇ ਬੈਠਾ ਹੁੰਦਾ ਸੀਗਾ ਉਹ ਸ਼ੇਖ ਸੀਗਾ ਨਾਂ ਵੀ ਇਹਨਾਂ ਦਾ ਕਹਿਦਾ ਭੁੱਲ ਗਿਆ ਉਹ ਬਣਾਉਂਦਾ ਸੀਗਾ ਮਠਿਆਈ ਅਤੇ ਬਾਕੀ ਜਾਂ ਸਾਡੇ ਸੀ ਚੱਲਦਾ ਕੰਮ ਯਾਨੀ ਸਾਰਿਆਂ ਨੂੰ ਜ਼ਿਆਦਾ ਕੰਮ ਸ਼ੋਰਕੋਟ 'ਚ ਉਸ ਵੇਲੇ ਕਰਿਆਨੇ ਦਾ ਸਾਡਾ ਹੁੰਦਾ ਸੀਗਾ ਉਸ ਵੇਲੇ ਰੋਸ਼ਨੀ ਜਾਂਦੇ ਰਹੇ ਹਾਂ ਫਿਰਦੇ ਰਹੇ ਹਾਂ ਦੇਖਣੇ ਸ਼ੇਰ ਸ਼ੂਰ ਜਿਹੜੇ ਜਾਨਵਰ ਹੋਣੇ ਗੇੜਾ ਕੱਢਦੇ ਰਹੇ ਹਾਂ ਦੇਖਣੇ ਗੇੜਾ ਮੰਡੀ ਚਲੇ ਜਾਣ ਬਲਕਿ ਇੱਕ ਵਾਰੀ ਕਰਾੜਾਂ ਦੇਖਣੀ ਸ਼ਾਦੀ ਵੀ ਸੀਗੀ ਅਤੇ ਮੈਂ ਵੀ ਗੱਡੇ 'ਤੇ ਬੈਠਾ ਸੀ ਮਤਲਬ ਗੱਡਾ ਖਾਲੀ ਸੀ ਜਾਂ ਉਹਦੇ 'ਚ ਮਾਲ ਕੋਈ ਲੱਦਿਆ ਹੋਇਆ ਸੀ ਜਾਂਦੇ ਜਾਂਦੇ ਉੱਥੋਂ ਫਿਰ
ਤੋਸ਼ਾ ਵੇਚਦੇ ਆ ਪਕੌੜੀ ਟਾਂਗਰੀ ਹੁੰਦੀ ਸੀ ਨਾ ਉਹ ਪਹਿਲੇ ਪਹਿਲੇ ਤਾਂ ਟਾਂਗਰੀ ਬੜੀ ਮਸ਼ਹੂਰ ਹੁੰਦੀ ਹੁਣ ਤਾਂ ਜੀ ਨਹੀਂ ਕਰਦਾ ਖਾਣ ਨੂੰ ਉਹਦੇ ਮਠਿਆਈ ਦੱਸੋ ਅਗਲੇ ਖਾਂਦੇ ਇੰਨੀ ਵਧੀਆ ਸੀ ਸ਼ੱਕਰ ਚੜਾਉਂਦੇ ਸੀਗੇ ਹਾਂ ਸ਼ੱਕਰ ਜਾਂ ਖੰਡ ਦੇਸੀ ਹੁੰਦੀ ਸੀ ਅਤੇ ਉਹ ਲੱਡੂ ਅਤੇ ਤੋਸ਼ਾ ਅਤੇ ਟਾਂਗਰੀ ਇਹ ਕਿੰਨਾ ਖਾ ਇੰਨਾ ਸਾਰਾ ਸਮਝੋ ਉਹਨਾਂ ਨੇ ਸਾਡੇ ਝੋਲੀ ਪਾਇਆ ਉਹ ਵੀ ਖਾਧੀ ਬਲਕਿ ਇੱਕ ਵਾਰੀ ਮੰਡੀ 'ਚੋਂ ਮੈਂ ਬੇਰ ਲੈ ਕੇ ਖਾਧੇ ਮੈਨੂੰ ਬੁਖਾਰ ਹੋ ਗਿਆ ਜੀ ਬੇਰਾਂ ਬੇਰ ਖਾਣ ਨਾਲ ਬੇਰ ਗੋਲ ਸੀਗੇ ਕਿ ਦੂਜੇ ਨਹੀਂ ਦੂਜੇ ਸੀ ਮੈਂ ਗੋਲੀ ਗੋਲ ਤਾਂ ਲੰਬੇ ਸੀਗੇ ਕੋਈ ਪੇਂਡੂ ਕਹਿੰਦੇ ਉਹਨਾਂ ਨੂੰ ਹਾਂਜੀ ਉਹ ਹੀ ਸੀਗੇ ਪਰ ਉਹਨਾਂ ਨੂੰ ਫਿਰ ਮੈਨੂੰ ਬੁਖਾਰ ਹੋ ਗਿਆ ਸੀ ਇੰਨਾ ਵੀ ਮੈਨੂੰ ਪਤਾ ਬਾਕੀ ਠੀਕ ਫਿਰ ਦੇਖੋ ਮਾੜਾ ਮੋਟਾ ਇਹੀ ਸੀਗਾ ਰਾਤ ਨੂੰ ਫਿਰ ਬਸ ਉਹ ਜਿਵੇਂ ਲੋਕ ਮਚਾਈਆਂ ਖੇਲੀਆਂ ਜਾਂ ਜਿਸ਼ਮੋ ਸੁਣਾਈਆਂ ਸ਼ੱਕਰ ਪੁੱਜੇ ਇੱਧਰ ਆ ਕੇ ਵੀ ਅਸੀਂ ਕੁਛ ਖੇਡਦੇ ਰਹੇ ਪਲਾਕੀ ਮਾਰ ਕੇ ਬਹਿ ਜਾਣਾ ਤੇ ਫਿਰ ਕਹਿਣਾ ਐਂ ਗਈ ਐਂ ਗਈ ਅੱਖਾਂ ਬੰਦ ਕਰੀਆਂ ਜਦੋਂ ਬੁੱਝਣਾ ਉਦੋਂ ਉੱਤਰ ਜਾਣਾ ਤੇ ਇਟਲੀ ਉੱਪਰ ਉੱਤਰ ਚਲੇ ਜਾਣਾ ਖੇਡਦੇ ਕਿਸੇ ਕੁਛ ਕੋਈ ਗੱਲ ਦਾ ਨੀ ਪਤਾ ਫਿਰ ਬਾਅਦ 'ਚ ਫਿਰ ਜਦੋਂ ਮੈਂ ਤੇਰੇ ਕਈ ਵਾਰ ਮੇਰੇ ਘਰ 'ਚ ਪੰਜਵੀਂ ਤਾਈਂ ਪੜ੍ਹਦੇ ਰਹੇ ਆਊਂਗਾ ਜਦੋਂ ਤਾਈਂ ਮੈਨੂੰ ਸਾਨੂੰ ਕੋਈ ਨਹੀਂ ਇਹੋ ਜਿਹੀ ਖਬਰ ਮੁੰਡਿਆਂ ਦਾ ਸੀ ਬਾਅਦ ਪਾਸ ਕਰਕੇ ਛੇਵੀਂ 'ਚ ਗਏ ਉਦੋਂ ਬਾਅਦ ਕਿਤੇ ਬਣਿਆ ਹੋਇਆ ਪਾਸ ਮੈਨੂੰ ਖਿਆਲ ਕੋਲ ਨੀ ਬਲਕਿ ਹੁਣ ਆ ਕੇ ਕਿਤੇ ਬਣਿਆ ਨਾ ਉਦੋਂ ਵੀ ਨਹੀਂ ਬਣਿਆ ਨਾ ਉਦੋਂ ਕਾਫੀ ਚਿਰ ਬਾਅਦ ਹੀ ਕਿਤੇ ਬਣਿਆ ਅੱਛਾ ਫਿਰ ਜਿਹੜੇ ਤੁਹਾਡੇ ਉਸ ਵਕਤ ਦੇ ਮਾਸਟਰ ਸੀਗੇ ਉਹਨਾਂ ਕੋਲ ਨਾਂ ਯਾਦ ਪੈਂਦਾ ਜਿਹੜਾ ਤੁਹਾਨੂੰ ਨਾਂ ਇੱਕ ਨਾ ਮੁਰਾਦ ਅਲੀ ਹੁੰਦਾ ਸੀਗਾ ਇੱਕ ਨਾ ਗੁਲਾਮ ਅਹਿਮਦ ਹੁੰਦਾ ਸੀਗਾ ਇੱਕ ਨਾ ਨਵਾਬ ਅਲੀ ਹੁੰਦਾ ਸੀਗਾ ਇੱਕ ਨਾ ਵਾਰਿਸ ਹੁੰਦਾ ਸੀਗਾ ਚਾਰ ਉਸਤਾਦ ਸੀ ਅਤੇ ਪੰਜਵਾਂ ਸ਼ਹਿਰ ਖਿਆਲ 'ਚ ਨਹੀਂ ਹੈ ਇਹ ਸਾਰੇ ਲੋਕਲ ਸੀਗੇ ਮਾਸਟਰ ਇਹਨਾਂ 'ਚ ਦੋ ਲੋਕਲ ਸੀਗੇ ਅੱਛਾ ਮੇਰੇ ਤਿੰਨ ਮਹਾਜਰ ਹੁੰਦੇ ਸੀ ਮੁਰਾਦ ਅਲੀ ਅਤੇ ਨਵਾਬ ਅਲੀ ਅਤੇ ਤੀਸਰਾ ਨਹੀਂ ਮੈਨੂੰ ਹੁਣ ਯਾਦ ਕਿਹੜਾ ਅਬਦੁਲ ਕਰੀਮ ਉਹ ਮੇਰਾ ਉੱਥੇ ਪਿੰਡੀ ਵਾਲਾ ਵੱਜਦਾ ਉੱਥੇ ਰਹਿੰਦਾ ਸੀ ਉਹ ਜੀ ਤਿੰਨ ਮਹਾਜਰ ਸੀਗੇ ਦੂਸਰੇ ਦੋ ਲੋਕ ਜੀ ਗੁਲਾਮ ਅਹਿਮਦ ਅਤੇ ਵਾਰਿਸ ਇਹ ਲੋਕ ਚੰਗਾ ਪੜ੍ਹਾਉਂਦੇ ਸੀਗੇ ਪੜ੍ਹਾਈ ਠੀਕ ਠਾਕ ਸੀ ਗੱਲਾਂ ਕਿਤੇ ਸਾਰੇ ਠੀਕ ਸੀਗੇ ਕੁੱਟਦੇ ਵੀ ਸੀਗੇ ਕੁੱਟਣਾ ਤਾਂ ਹੁੰਦਾ ਹੀ ਸੀ ਉਹਨਾਂ ਨੇ ਬਲਕਿ ਅਤੇ ਜਿਹੜਾ ਸੀਗਾ ਗੁਲਾਮ ਅਹਿਮਦ ਉਹ ਤਾਂ ਕੰਨਾਂ ਦੇ ਵਿੱਚ ਨੌਕ ਹੋ ਜਾਂਦਾ ਤੇ ਮੁੰਡੇ ਮੁੰਡੇ ਕਲਾਸ ਜਿਵੇਂ ਜਮਾਤੀ ਆਪਸ ਦੇ ਭਿੜ ਪੈਂਦੇ ਆ ਕੋਈ ਸ਼ਰਾਰਤਾਂ ਸ਼ਰੂਰਤਾਂ ਕਰ ਤੁਹਾਡੇ ਨਾਲ ਹੋਈ ਜਾਂ ਤੁਸੀਂ ਕਰਦੇ ਨਹੀਂ ਐਡੀ ਖਾਸ ਨਹੀਂ ਉਹ ਮੈਂ ਹਾਰ ਜੀ ਹੈ ਤਾਂ ਉਹ ਇੱਕ ਵਾਰੀ ਇੱਥੇ ਰਹਿੰਦੇ ਉਹ ਵੀ ਸਾਡੇ ਰਿਸ਼ਤੇਦਾਰ ਦੂਰੋਂ ਜਾ ਕੇ ਲੱਗਦੇ ਹੋਏ ਉਹ ਕਦੇ ਖੇਡਦੇ ਆ ਕਦੇ ਕਿਸੇ ਸ਼ਾਇਦ ਝਗੜਦਾ ਹੋਊਗਾ ਮੈਂ ਹੁਣ ਇੱਕ ਤਾਂ ਮੈਨੂੰ ਚੱਕ ਲਿਆ ਚੱਕਿਆ ਮੈਂ ਜੋ ਜ਼ੋਰ ਜ਼ੋਰ ਜਿਹਾ ਮਾਰਿਆ ਤਾਂ ਉਹ ਡਿੱਗ ਪਏ ਦੋਨੇ ਡਾਨੀ ਨਹੀਂ ਡਿੱਗ ਪਏ ਬਾਂਹ ਟੁੱਟ ਗਈ ਸੀ ਪਰ ਉਸ ਵੇਲੇ ਇਹ ਨਹੀਂ ਸੀ ਵਾ ਵੀ ਚਲੋ ਜੀ ਚੌਕੀ ਚਲੋ ਪਰਚਾ ਦਿਓ ਫਲਾਣਾ ਕਰੋ ਇਹ ਜਿਹੇ ਕਰ ਲਈ ਚੁੱਪ ਕਰ ਜਾਂਦੇ ਠੀਕ ਵੀ ਨਿਆਣੇ ਹਾਂਜੀ ਹੋ ਹੀ ਜਾਂਦੇ ਇਹ ਜਿਹੇ ਖਿਆਲਾਤ ਹੁੰਦੇ ਸੀ ਅੱਛਾ ਜਦੋਂ ਤੁਸੀਂ ਅੱਗੇ ਗੱਲ ਕੀਤੀ ਜਦੋਂ ਤੁਸੀਂ ਇੱਥੇ ਸ਼ੋਰਕੋਟ ਸ਼ਹਿਰ 'ਚ ਆਏ ਸੀਗੇ ਹਾਂਜੀ ਅਤੇ ਉਸਨੇ ਤੁਸੀਂ ਇਹ ਸ਼ਹਿਰ ਦੇਖ ਕੀ ਦੇਖਿਆ ਵੀ ਕਿੱਦਾਂ ਦਾ ਆਬਾਦੀ ਸੀ ਕਿੱਦਾਂ ਦਾ ਸ਼ਹਿਰ ਆਬਾਦੀਆਂ ਬੋਲਦੀਆਂ ਇਹੋ ਜਿਹੇ ਕੰਮ ਕਈ ਮਕਾਨ ਵਿਹਲੇ ਪਏ ਸੀ ਜਿਹੜਾ ਕੋਈ ਆ ਗਿਆ ਜਿਹਦੇ 'ਚ ਬਹਿ ਗਿਆ ਬਸ ਨਹੀਂ ਕੋਈ ਮਕਾਨ ਸੜੇ ਸੜੇ ਸੜਿਆ ਹੋਇਆ ਸੜਿਆ ਹਾਂਜੀ ਉੱਦਾਂ ਬੇਆਵਾਜ਼ ਇਹ ਹੁੰਦਾ ਜੀ ਆਹ ਹਿੱਸਾ ਇਹ ਚਬਾੜਾ ਵੀ ਤਿੰਨ ਮੰਡਲਾ ਇਹਦੇ ਵਿੱਚ ਚਮਚੋੜੀਕਾਂ ਜ਼ਿਆਦਾ ਹੁੰਦੀਆਂ ਸੀ ਜਾਣਦੇ ਹੋ ਚਮਚੋੜੀਕਾਂ ਉਹ ਹੀ ਜ਼ਿਆਦਾ ਹੁੰਦੀਆਂ ਸੀ ਇੱਥੇ ਚੜ੍ਹ ਜਾਣਾ ਉੱਥੇ ਇਹਦੇ ਵਿੱਚ ਭਰਾਈ ਰਹਿੰਦਾ ਸੀ ਇੱਕ ਢੋਲ ਵਜਾਉਂਦਾ ਸੀ ਰੋਜ਼ਿਆਂ ਨੂੰ ਸਾਜੋ ਆਉਂਦਾ ਸੀ ਲੋਕਾਂ ਨੂੰ ਰੋਜ਼ੇ ਰੱਖਣ ਵਾਸਤੇ ਅਤੇ ਉਹਦਾ ਮੁੰਡਾ ਕੁੰਦਾ ਸੀਗਾ ਉਹ ਵੀ ਦੋਸਤ ਸੀਗਾ ਜਾਣੀ ਤਕਰੀਬਨ ਥੋੜ੍ਹਾ ਜਿਹਾ ਮਿੱਤਰ 'ਚ ਵੱਡਾ ਹੋਣਾ ਇੱਕੋ ਜਿਹੇ ਸੀਗੇ ਬਾਅਦ ਵੇਲੇ ਚੂੜੀਆਂ 'ਚ ਖੇਡਦੇ ਖੇਡਦੇ ਲੜ ਪੈਣਾ ਇਹ ਖੇਡਣਾ ਜਾਂ ਕਦੇ ਖਰੋੜ ਖੇਡਦੇ ਹਾਂ ਤਾਂ ਲੜ ਪੈਣਾ ਫਿਰ ਚੁੱਪ ਕਰਕੇ ਉਹ ਠੀਕ ਹੈ ਤੇ ਆਪਣੇ ਸ਼ਹਿਰ ਜਿੱਥੇ ਉਹ ਗੁੜ ਮੰਡੀ ਹੁੰਦੀ ਸੀਗੀ ਗੁੜ ਮੰਡੀ ਆ ਚੌਕ 'ਚ ਹੁੰਦੀ ਸੀ ਚੌਕ ਦੇ ਗੁੜ ਮੰਡੀ ਹੁੰਦੀ ਸੀ ਹਾਂਜੀ ਚੌਕ ਆੜਤ ਗੱਲ ਹੋ ਜਾਏ ਗੁੜ ਮੰਡੀ ਗੱਲ ਕਣਕ ਵੀ ਆ ਜਾਵੇ ਸਾਰਾ ਕੁਝ ਤਕਰੀਬਨ ਉੱਥੇ ਆ ਜਾਂਦਾ ਤੁਹਾਡੀ ਜਿੱਥੇ ਦੁਕਾਨ ਤੁਸੀਂ ਨਾਲ ਪਰੇ ਪਿੱਪਲ ਚੌਕ ਵੀ ਬਣਦਾ ਉਹ ਤੁਹਾਨੂੰ ਸਮਝਾਉਣਾ ਨਾਸਕਰ ਪੀਣ ਵਾਲਾ ਦੇ ਪਾਸੇ ਉਹਨੂੰ ਉਹਦੇ ਨਾਲ ਜੀ ਉਹਨਾਂ ਦੀ ਦੁਕਾਨ ਹੈ ਉਹ ਦੋ ਦੁਕਾਨਾਂ ਉਹਨਾਂ ਦੀ ਉਰਦੂ ਨਾਲ ਦੀਆਂ ਦੋ ਸਾਡੀਆਂ ਸੀ ਉਹ ਬਣਾਈਆਂ ਸੀ ਸੀਟਰ ਸਾਰਿਆਂ ਨੂੰ ਪਹਿਲਾਂ ਸੀਟਰ ਅਸੀਂ ਲਵਾਏ ਇੱਥੇ ਸ਼ੋਰਕੋਟ 'ਚ ਜਾਣੀ ਉਹਦੇ ਬਾਅਦ ਕੋਈ ਵੀ ਸੀ ਸੀਟਰ ਹਾਂਜੀ ਲਾ ਕੇ ਬਣਾਈਆਂ ਇਹ ਸੀਟਰ ਲਾ ਦਿੱਤੇ ਸੀ ਉਦੋਂ ਮੇਰਾ ਲੱਗੇ ਵੀ ਸ਼ਾਇਦ ਤਿੰਨ ਕੁ ਸਾਢੇ 300 ਚੋਣੇ ਪਏ
ਹਲੇ ਨਹੀਂ ਉਹ ਚੱਲਦੇ ਠੀਕ ਠਾਕ। ਇੱਕ ਵਾਰੀ ਟੁੱਟਿਆ ਸੀ ਉਹ, ਉਦੋਂ ਪਾਉਂਦੇ ਸੀ ਇਹਦੇ 'ਚ ਆਰੇ ਪੱਚਾ, ਉਹ ਇੱਕ ਵਾਰੀ ਟੁੱਟੀ ਸੀਗੀ, ਉਹ ਮੈਂ ਲਾਹ ਕੇ ਆਪ ਹੀ ਉਹਦੇ 'ਚ ਸੁਰਾਖ ਕੀਤਾ, ਗਾਹਾਂ ਕਰ ਦਿੱਤਾ ਕਾਸ਼ ਕੇ ਫਿਰ। ਬਾਕੀ ਹੋਰ ਉੱਥੋਂ ਦੇ ਖਾਸ ਐਸੇ ਕੋਈ ਨੀ ਮਿਲਣ ਵਾਲੇ ਜਿਹੜੇ ਇੱਥੇ ਆਏ ਮਿਲੇ ਹੋਣ, ਜਾਂ ਕੋਠੀ ਸਾਡਾ ਤਾਏ ਦਾ ਪਤਰੇਰ ਸੀਗਾ ਤਾਏ ਦਾ ਮੁੰਡਾ, ਉਹ ਇੱਥੇ ਆ ਕੇ ਸਮਝੋ ਉੱਥੇ ਉਹ ਮੈਨੂੰ ਸ਼ਾਕਾ ਜਿਹੀ ਟਿੰਡਾਂ ਬਣਾਉਂਦੇ ਜਿੱਦੂ ਨੇ ਪਿਓ ਪੁੱਤ। ਅੱਛਾ। ਤੇ ਮੈਂ ਮੇਰਾ ਖਰਚਾ ਕਾ ਲੈ ਕੇ ਕਹਿੰਦੀ ਪੱਕਾ ਵੀ ਚੱਲਿਆ ਉਹਨਾਂ ਨੂੰ, ਮੈਨੂੰ ਖਿਆਲ ਹੈ ਸ਼ਰੀਫ ਸੀ ਨਾਮ ਸਾਡੇ ਬਨੋਈ ਸੀ, ਉਹ ਬਨੋਈ ਤਾਂ ਇਹਦਾ ਨਿੱਕਾ ਕਹਿੰਦੇ ਸੀਗੇ, ਮਹਿਮਦ ਬਖਸ਼ ਉਹਦਾ ਨਾਂ ਸੀਗਾ। ਤੁਹਾਡੇ ਕੋਲ ਆਂਢ ਗੁਆਂਢ ਕਿਸੇ ਕੋਲੂ ਸ਼ੋਲੂ ਵੀ ਸੀਗੇ ਉੱਥੇ? ਹਾਂ ਆਂਢ ਗੁਆਂਢ ਮੇਰੇ ਤੋਂ ਕੋਲੋਂ ਇਹ ਨਹੀਂ ਪਤਾ ਕਿੱਥੇ ਹੋਣੇ ਕਿੱਥੇ ਨਹੀਂ। ਅੱਛਾ ਠੀਕ ਹੈ। ਹਾਂ ਜਿੰਨਾ ਵੀ ਨਹੀਂ ਪਤਾ। ਹੁਣ ਕਦੀ ਆਪਣਾ ਯਾਦ ਕਰਦਾ, ਜਾਣ ਨੂੰ ਦਿਲ ਕਰਦਾ ਜਗਰਾਉਂ ਨੂੰ? ਜਾਣ ਨੂੰ ਜੇ ਹੁਣ ਫੈਸਲਾਬਾਦ ਜਾਈਏ ਤਾਂ ਗੁੰਮ ਹੋ ਜਾਈਏ ਪਰ, ਹਾਲਾਂਕਿ ਅੱਠੀ ਦਿਨੀ ਵਾਕਸ ਬਾਈ ਮੇਰੇ ਅੱਠਾਂ ਦਿਨ ਦੋ ਵਾਰੀ ਫੈਸਲਾਬਾਦ ਮਾਲ ਲਿਆਉਂਦਾ ਸੀ, ਕਦੇ ਅੱਠ ਦਿਨ ਤਾਂ ਜਾਣੀ ਲਾਜ਼ਮੀ ਸੀ ਨਾ ਜੇ ਅੱਠੀ ਦਿਨ ਜਾਣਾ ਉੱਥੋਂ ਸੌਦਾ ਜਿਹੜਾ ਕੋਈ ਲੈਣਾ ਉਹਨੇ ਲੈ ਕੇ ਆਉਣਾ, ਅਤੇ ਹੁਣ ਮੈਂ ਜੇ ਉਹ ਐਂ ਗੇੜੇ ਗੂੜੇ ਦੇ ਕੇ ਉਵੇਂ ਭੁੱਲ ਜਾਣਾ। ਅੱਛਾ ਫਿਰ ਜਿਹੜੇ ਤੁਹਾਡੇ ਵੰਡਕੇ ਸੀਗੇ ਬਜ਼ੁਰਗ ਸੀਗੇ, ਉਹ ਕੀ ਸੋਚਦੇ ਸੀਗੇ ਇਸ ਵੰਡ ਪਿੱਛੇ ਜਦੋਂ ਉਜੜ ਕੇ ਆਇਆ ਵੀ ਵਾਪਸ ਮੁੜ ਜੂੰਗੇ ਜਾਂ ਹਾਲਾਤ ਠੀਕ ਹੋਣਗੇ ਇਹੋ ਜਿਹੇ ਕਰਵਾਉਣਾ ਤੇ ਸੀਗਾ? ਵੜਕੇ ਨੇ ਕੀ ਸੋਚਿਆ ਵੀ ਤੂੰ ਇਹੀ ਕਹਿੰਦੇ ਗਾਹਾਂ ਤੂੰ ਦਰਿਆ 'ਚ ਹੀ ਡੁੱਬਣਾ ਹੋਰ ਕਿੱਥੇ ਜਾਣਾ, ਇਦੂ ਗਾਹਾਂ ਵੀ ਜਾ ਇਹੀ ਟਿਕਾਣੇ ਬਣਾਉਣੇ ਉਹ ਘਰ ਦੇ ਸਾਡੀ ਵਾਲਦਾ, ਉਹ ਕਹਿੰਦੇ ਸੀ ਕਹਿੰਦੀ ਉਹ ਤਾਂ ਹੀ ਕਹੀ ਵੀ ਅਸੀਂ ਕੀ ਕਰਨੇ ਕਿੱਥੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਉਹ ਇੱਦਾਂ ਕਹਿੰਦੀ ਸੀਗੀ, ਜਾਣਾ ਪਜਾਉਣਾ ਕਿੱਥੇ ਸੀ ਰਹਿਣਾ ਤਾਂ ਇੱਥੇ ਪੈਂਦਾ ਸੀਗਾ। ਉਸ ਵੇਲੇ ਉਹ ਇਹ ਗੱਲਾਂ ਕਰਦੀ, ਹੋਰ ਤਾਂ ਗੱਲ ਕੋਈ ਖਾਸ ਕੋਈ ਨਹੀਂ ਵੀ ਕਿੱਥੇ ਰਹਾਂਗੇ ਕਿੱਥੇ ਜਾਵਾਂ ਕੀ ਕਰਾਂਗੇ, ਇੱਥੇ ਆ ਕੇ ਬਸ ਹੌਲੀ ਹੌਲੀ ਕੁੱਲਿਆਂ ਦੇ ਮਾਲ ਕਰਾਚੀ ਦੇ ਗੇੜਾ ਲਓ। ਉਸ ਮੇਰਾ ਖਿਆਲ 'ਚ ਸ਼ਾਇਦ ਕਰਾਚੀ ਦਾ ਕਿਰਾਇਆ ਵੀ ਸ਼ਾਇਦ ਪੰਜ ਸਵਾ ਪੰਜ ਕੁ ਇੱਥੇ ਕਿਤੇ ਹੋਏ, ਨਹੀਂ ਇੱਦੂ ਵੀ ਘੱਟ ਹੀ ਹੋਣਾ ਬਲਕਿ। ਚਲੋ ਬੜੀ ਮਿਹਰਬਾਨੀ, ਸ਼ੁਕਰੀਆ। ਹੁਣ ਕਿਆ ਜਾਣ ਬੋਤਲ ਬੋਤਲ।